ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਦੀਨ ਦਰਦ ਦੁੱਖ ਭੰਜਨਾ ਘਟ ਘਟ ਨਾਥ ਅਨਾਥ ਸਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਜਿਨ੍ਹਾਂ ਦਸੰਦੜੀਆਂ ਦੁਰਮਤ ਵੰਨੈ ਮਿੱਤਰ ਸਾਡੜੇ ਸੇਈ ਹਾਂ ਟੂਟੇ ਦੀ ਜਗ ਸਬਾਇਆ ਜਨ ਨਾਨਕ ਵਿਰਲੇ ਕੇ ਸੱਜਣ ਸੱਚਾ ਪਾਤਸ਼ਾਹ ਸਿਰਸਾਹਾਂ ਦਾ ਸਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਚੌਥਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸ ਹੈ ਕਾਮ ਧੇਨਾ ਸੋ ਐਸਾ ਹਰ ਧਿਆਈਐ ਮੇਰੇ ਜੀਅੜੇ ਤਾ ਸਰਬ ਸੁਖ ਪਾਵਹਿ ਮੇਰੇ ਮਨਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸ ਹੈ ਕਾਮ ਧੇਨਾ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਗਰੀਬ ਨਵਾਜ ਦਸਮ ਪਾਤਸ਼ਾਹੀਆਂ ਦੇ ਪਾਵਨ ਪ੍ਰਤੱਖ ਸਰੂਪ ਤਖ਼ਤ ਚਵਰ ਛਤਰ ਦੇ ਮਾਲਕ ਸਤਿਗੁਰੂ ਲੋਕ ਪ੍ਰਲੋਕ ਦੀਆਂ ਬਖਸ਼ਿਸ਼ਾਂ ਦੇ ਦਾਤੇ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਕਰਕੇ ਇਹਨਾਂ ਮਹਾਨ ਸਲਾਨਾ ਜੋੜ ਮੇਲਿਆਂ 'ਤੇ ਹਾਜ਼ਰੀਆਂ ਭਰਨ ਦਾ ਸਤ ਸੰਗਤ ਕਰਨ ਦਾ ਮਨੁੱਖ ਜੀਵਨ ਦੀਆਂ ਘੜੀਆਂ ਨੂੰ ਸਫਲ ਕਰਨ ਦਾ ਸੋਭ
ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਪਿਛਲੇ ਦਿਨਾਂ ਤੋਂ ਦੇਸ਼ ਭਗਤ ਮਹਾਨ ਕੁਰਬਾਨੀ ਵਾਲੇ ਮਹਾਨ ਤਪੱਸਵੀ ਮਹਾਨ ਪਰਉਪਕਾਰੀ ਸੰਤ ਬਾਬਾ ਸੂਬਾ ਸਿੰਘ ਦੀ ਤਿੰਨਾਂ ਸਤਿਪੁਰਸ਼ਾਂ ਦੀ ਯਾਦ ਵਿੱਚ ਜਿਨ੍ਹਾਂ ਨੂੰ ਦੇਸ਼ ਭਗਤ ਗਦਰੀ ਬਾਬਿਆਂ ਕਰਕੇ ਸਾਡੇ ਇਤਿਹਾਸ ਵਿੱਚ ਜਾਣਿਆ ਜਾਂਦਾ ਹੈ, ਉਹਨਾਂ ਮਹਾਂਪੁਰਖਾਂ ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਇਹ ਜੋੜ ਮੇਲਾ ਮਨਾਉਂਦਿਆਂ ਹੋਇਆਂ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਤੁਰਕੀ ਗੁਰਬਾਣੀ ਦੇ ਅਕਾਲੀ ਗੁਰਬਾਣੀ ਦੇ ਅਖੰਡ ਪਾਠ ਸਾਹਿਬਾਂ ਦੀ ਲੜੀ ਪ੍ਰਾਰੰਭ ਹੋਈ ਸੀ, ਜਿਨ੍ਹਾਂ ਦੇ ਭੋਗ ਪਾਏ ਗਏ, ਉਪਰੰਤ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਵਿੱਚ ਆਪ ਜੀ ਨੇ ਰਾਗੀ ਸਿੰਘਾਂ ਦੀ ਰਸਨਾ ਤੋਂ ਬਹੁਤ ਹੀ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕੀਤਾ ਹੈ। ਉਸ ਤੋਂ ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਨਮਾਨਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ, ਉਹਨਾਂ ਨੇ ਬਹੁਤ ਸੁੰਦਰ ਵਿਦਵਤਾ ਭਰਪੂਰ ਗੁਰਮਤਿ ਦੀਆਂ ਵਿਚਾਰਾਂ ਆਪ ਜੀ ਨੂੰ ਸਰਵਣ ਕਰਵਾਈਆਂ। ਹੁਣੇ ਹੁਣੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਹੈੱਡ ਗ੍ਰੰਥੀ ਅਤਿ ਸਨਮਾਨਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਆਪ ਸੰਗਤਾਂ ਦੇ ਦਰਸ਼ਨ ਕਰਨ ਹਿੱਤ ਅਤੇ ਸਾਨੂੰ ਦਰਸ਼ਨ ਦੇਣ ਵਾਸਤੇ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਨਤਮਸਤਕ ਹੋਣ ਤੋਂ ਉਪਰੰਤ ਸਟੇਜ ਉੱਤੇ ਸੁਭਾਈਮਾਨ ਹੋਏ ਹਨ। ਸਤ ਸੰਗਤ ਜੀ, ਸਮਾਂ ਬਹੁਤ ਸੀਮਿਤ ਹੈ। ਆਏ ਹੋਏ ਸਤਿਗੁਰੂ ਜੀ ਦੇ ਸ੍ਰੀ ਮੁਖਵਾਕ ਦੀ ਕਥਾ ਆਪ ਸੰਗਤਾਂ ਬੜੀ ਸ਼ਰਧਾ ਭਾਵਨਾ ਨਾਲ ਮਨ ਬਿਰਤੀ ਨੂੰ ਇਕਾਗਰ ਕਰਕੇ ਸਰਵਣ ਕਰੋ। ਸੰਗਤ ਜੀ, ਸੰਸਾਰ ਦੇ ਅੰਦਰ ਜਿਨ੍ਹਾਂ ਜਿਨ੍ਹਾਂ ਨੇ ਵੀ ਮਨੁੱਖਾ ਜੀਵਨ ਨੂੰ ਪ੍ਰਾਪਤ ਕਰਕੇ ਜੇਕਰ ਸੰਸਾਰ ਅੰਦਰ ਆਪਣੇ ਜੀਵਨ ਨਾਲ ਕੋਈ ਪਰਉਪਕਾਰ ਕੀਤਾ ਹੈ, ਦੁਨੀਆਂ ਦਾ ਭਲਾ ਕੀਤਾ ਹੈ, ਉਹਨਾਂ ਨੂੰ ਵੀ ਲੋਕ ਯਾਦ ਕਰਦੇ ਹੈ। ਜਿਨ੍ਹਾਂ ਨੇ ਕੋਈ ਕੁਰਬਾਨੀ ਕੀਤੀ ਹੈ ਸੰਸਾਰ ਉਹਨਾਂ ਨੂੰ ਵੀ ਯਾਦ ਕਰਦਾ ਹੈ। ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਜਪਿਆ, ਸਿਮਰਨ ਕੀਤਾ, ਤਪ ਕੀਤਾ, ਸੰਸਾਰ ਉਹਨਾਂ ਨੂੰ ਵੀ ਨਤਮਸਤਕ ਹੁੰਦਾ ਹੈ। ਜਿਨ੍ਹਾਂ ਨੇ ਸੇਵਾ ਕੀਤੀ ਲੋਕ ਉਹਨਾਂ ਨੂੰ ਵੀ ਸਦਾ ਯਾਦ ਕਰਦੇ ਹਨ, ਅਤੇ ਜਿਨ੍ਹਾਂ ਨੇ ਧਰਮ ਦੀ ਖਾਤਰ ਆਪਣੇ ਜੀਵਨ ਦੀਆਂ ਕੁਰਬਾਨੀਆਂ ਕੀ ਸ਼ਹਾਦਤਾਂ ਦਿੱਤੀਆਂ ਸੰਸਾਰ ਉਹਨਾਂ ਨੂੰ ਵੀ ਯਾਦ ਕਰਦਾ ਹੈ। ਔਰ ਜੇਕਰ ਆਪਾਂ ਦੇਖੀਏ ਮਨੁੱਖਾ ਜੀਵਨ ਦਾ ਪ੍ਰਯੋਜਨ, ਜਿਸ ਨੂੰ ਕਿਹਾ ਜਾਂਦਾ ਕਿ ਮਨੁੱਖਾ ਜੀਵਨ ਦਾ ਮਕਸਦ ਕੀ ਹੈ, ਕਿਸੇ ਨੂੰ ਪੁੱਛੋ ਕਿ ਭਾਈ ਤੈਨੂੰ ਵਾਹਿਗੁਰੂ ਪਰਮੇਸ਼ਰ ਨੇ ਬੜਾ ਬੇਸ਼ਕੀਮਤੀ ਮਨੁੱਖਾ ਤਨ ਮਨੁੱਖਾ ਦੇਹ ਦਿੱਤੀ ਹੈ,
ਇਹ ਤੂੰ ਕਿਸ ਵਾਸਤੇ ਹਾਸਲ ਕੀਤੀ ਹੈ? ਸਹੀ ਜਵਾਬ ਕੋਈ ਵਿਰਲਾ ਹੀ ਦੇ ਸਕੇਗਾ। ਬਹੁਤ ਘੱਟ ਪ੍ਰਾਣੀ ਹੋਣਗੇ ਜਿਹੜੇ ਇਸ ਗੱਲ ਦਾ ਸਹੀ ਜਵਾਬ ਦੇ ਸਕਣ। ਇਸ ਗੱਲ ਦਾ ਸਹੀ ਉੱਤਰ ਉਹੀ ਦੇ ਸਕਦਾ ਹੈ ਜਿਹੜੇ ਸਤਸੰਗਤ ਕਰਦੇ ਹੈ। ਗੁਰੂ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਆ ਕੇ ਮਨ ਨੂੰ ਇਕਾਗਰ ਕਰਕੇ ਕੀਰਤਨ ਕਥਾ ਭਜਨ ਵਾਹਿਗੁਰੂ ਪਰਮੇਸ਼ਰ ਦੀ ਮਹਿਮਾ ਮਨੁੱਖਾ ਜੀਵਨ ਦੀ ਮਹਾਨਤਾ ਦਾ ਗਿਆਨ ਗੁਰਮਤ ਦਾ ਗਿਆਨ ਸੰਗਤ ਵਿੱਚ ਬੈਠ ਕੇ ਸੁਣਦੇ ਹੈ। ਨਹੀਂ ਤਾਂ ਜ਼ਿਆਦਾਤਰ ਜਿਹੜੀ ਸ੍ਰਿਸ਼ਟੀ ਹੈ ਨਾ ਉਹਨਾਂ ਨੇ ਮਨੁੱਖਾ ਜੀਵਨ ਦਾ ਪ੍ਰਯੋਜਨ ਇੰਨਾ ਕੀ ਸਮਝਿਆ ਹੋਇਆ ਹੈ, ਰਹਿਣ ਗਵਾਈ ਸੋਏ ਕਹਿ ਦਿਵਸ ਗਵਾਇਆ ਖਾਏ, ਕਿ ਰਾਤ ਸੌਂ ਕੇ ਗੁਜ਼ਾਰਨੀ ਹੈ, ਦਿਨ ਖਾ ਪੀ ਕੇ ਗੁਜ਼ਾਰ ਲੈਣਾ, ਜਾਂ ਜਿੰਨਾ ਕੁ ਹੋ ਸਕਿਆ ਕੰਮ ਧੰਦੇ ਕਰ ਲਏ। ਇਸ ਤੋਂ ਵੱਧ ਮਨੁੱਖਾ ਜੀਵਨ ਦਾ ਲੋਕ ਪ੍ਰਯੋਜਨ ਹੀ ਨਹੀਂ ਸਮਝਦੇ। ਪਰ ਸਤਿਗੁਰੂ ਜੀ ਸਾਨੂੰ ਗਿਆਤ ਕਰਾਉਂਦੇ ਹੈ, ਸਿੱਖਿਆ ਦਿੰਦੇ ਹੈ, ਸਮਝਾਉਂਦੇ ਹੈ ਕਿ ਮਨੁੱਖ ਤੋਂ ਖਾਣ ਪੀਣ ਵਾਸਤੇ ਸੰਸਾਰ 'ਤੇ ਨਹੀਂ ਆਇਆ। ਮਹਾਰਾਜ ਕਹਿੰਦੇ ਪੇਟ ਭਰਿਓ ਪਸ਼ੂਆ ਜਿਉਂ ਸੋਇਓ, ਮਨੁੱਖ ਜਨਮ ਹੈ ਹਾਰਿਓ। ਪੇਟ ਭਰ ਕੇ ਸੌਂ ਗਿਆ ਔਰ ਖਾ ਕੇ ਸੌਂ ਗਿਆ ਔਰ ਪਸ਼ੂਆਂ ਵਰਗੀ ਆਪਣੀ ਜ਼ਿੰਦਗੀ ਗੁਜ਼ਾਰ ਲਈ। ਪਸ਼ੂ ਕੀ ਕਰਦੇ ਆ? ਪਸ਼ੂ ਇੱਕ ਪੱਖ ਤੋਂ ਦੇਖਿਆ ਜਾਏ ਤਾਂ ਸਾਡੇ ਨਾਲੋਂ ਵੀ ਚੰਗੇ ਆ, ਬਹੁਤ ਉੱਤਮ ਹਨ। ਜੇ ਪਸ਼ੂ ਖਾਂਦਾ ਅਸੀਂ ਵੀ ਖਾ ਲੈਂਦੇ ਹਾਂ, ਜੇ ਪਸ਼ੂ ਸੌਂਦਾ ਅਸੀਂ ਵੀ ਸੌਂ ਲੈਂਦੇ ਹਾਂ, ਜੇ ਹੋਰ ਗੰਭੀਰਤਾ ਨਾਲ ਪਸ਼ੂਆਂ ਦੇ ਜੀਵਨ ਵੱਲ ਵੇਖੀਏ ਤਾਂ ਜਿਹੜੀਆਂ ਪਸ਼ੂਆਂ ਦੀਆਂ ਆਦਤਾਂ ਉਹੀ ਮਨੁੱਖ ਦੀਆਂ ਆਦਤਾਂ ਹਨ। ਧਾਰਮਿਕ ਗ੍ਰੰਥਾਂ ਵਿੱਚ ਕਿਹਾ ਹੈ, ਨਰਨ ਗਿਆਨ ਨਿਜ ਅਧਿਕਤਾ, ਗਿਆਨ ਬਿਨਾਂ ਪਸ ਜਾਣ। ਮਨੁੱਖ ਦੇ ਅੰਦਰ ਇੱਕ ਵਾਹਿਗੁਰੂ ਨੇ ਬੁੱਧੀ ਦਾ ਯੰਤਰ ਫਿੱਟ ਕੀਤਾ ਹੈ, ਇੱਕ ਮਸ਼ੀਨ ਲਾਈ ਹੈ ਕਿ ਇਸ ਨੂੰ ਚੰਗੇ ਮਾੜੇ ਦਾ ਗਿਆਨ ਹੈ। ਇੰਨੀ ਕੁ ਸੋਝੀ ਪਰਮਾਤਮਾ ਨੇ ਇਹਨੂੰ ਦਿੱਤੀ ਹੈ, ਵਾਹਿਗੁਰੂ ਨੇ ਦਿੱਤੀ ਹੈ ਕਿ ਆਹ ਕੰਮ ਤੇਰੇ ਲਈ ਕਰਨਾ ਚੰਗਾ, ਆਹ ਕੰਮ ਕਰਨਾ ਤੇਰੇ ਲਈ ਮਾੜਾ, ਆਹ ਕਰਮ ਪੁੰਨ ਦਾ ਹੈ, ਆਹ ਕਰਮ ਪਾਪ ਦਾ ਹੈ। ਪਾਪ ਕਰੇਗਾ ਨਰਕਾਂ ਦਾ ਭਾਗੀ ਹੋਵੇਗਾ, ਪੁੰਨ ਕਰੇਗਾ ਤੈਨੂੰ ਵਾਹਿਗੁਰੂ ਦੀ ਦਰਗਾਹ ਵਿੱਚ ਥਾਂ ਮਿਲੇਗੀ। ਇਸ ਕਰਕੇ ਮਹਾਰਾਜ ਕਹਿੰਦੇ ਹੈ ਕਿ ਮਨੁੱਖਾ ਜੀਵਨ ਖਾ ਪੀ ਕੇ ਸੌਣ ਵਾਸਤੇ, ਦੁਨੀਆ ਦੇ ਸੁੱਖ ਭੋਗਣ ਵਾਸਤੇ ਨਹੀਂ ਇਕੱਲਾ ਮਿਲਿਆ। ਮਨੁੱਖਾ ਜਨਮ ਇਸ ਵਾਸਤੇ ਨਹੀਂ ਮਿਲਿਆ, ਰਹਿਣ ਗਵਾਈ ਸੋਏ ਕਹਿ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਹੀਰਿਆਂ ਨਾਲੋਂ ਵੀ ਅਮੋਲਕ ਮਨੁੱਖਾ ਜੀਵਨ ਹੈ। ਇੱਕ ਇੱਕ ਸਵਾਸ ਜਿਹੜਾ ਸਾਨੂੰ ਮਿਲਦਾ ਨਾ,
ਇਹ ਹੀਰਿਆਂ ਨਾਲੋਂ ਵੀ ਵੱਧ ਕੀਮਤੀ ਹੈ। ਬਾਜ਼ਾਰ ਵਿੱਚ ਜਾ ਕੇ ਪੁੱਛੋ ਕਿਸੇ ਨੂੰ ਕਿ ਸਵਾਸਾਂ ਦੀ ਕਿੰਨੀ ਕੁ ਕੀਮਤ ਹੈ। ਵੱਡੇ ਤੋਂ ਵੱਡਾ ਦੁਨੀਆਂ ਦਾ ਦਾਨਾ ਪੁਰਸ਼ ਵੀ ਇਹ ਨਹੀਂ ਦੱਸ ਸਕਦਾ ਕਿ ਸਵਾਸ ਇੰਨੀ ਕੁ ਕੀਮਤ ਦੇ ਹਨ। ਹਿਸਾਬ ਕਿਤਾਬ ਲਾਉਣ ਵਾਲਾ ਵੀ ਨਹੀਂ ਦੱਸ ਸਕਦਾ। ਸਵਾਸ ਇੰਨੇ ਬੇਕੀਮਤੇ ਵਾਹਿਗੁਰੂ ਨੇ ਦਿੱਤੇ ਹੈ ਔਰ ਇਹਦੀ ਕੀਮਤ ਦਾ ਇੱਥੋਂ ਹੀ ਅੰਦਾਜ਼ਾ ਲੱਗ ਜਾਂਦਾ। ਕੋਈ ਮਨੁੱਖ ਮਰਦਾ ਹੋਵੇ ਨਾ ਅਤੇ ਉਹ ਕਹੇ ਮੈਨੂੰ ਕੁਝ ਸਵਾਸ ਮੁੱਲ ਲਿਆ ਕੇ ਦੇ ਦਿਓ, ਮੈਂ ਥੋੜ੍ਹਾ ਸਮਾਂ ਹੋਰ ਜਿਉਂ ਲਵਾਂ। ਉਸ ਬਦਲੇ ਸਾਰੀ ਦੁਨੀਆਂ ਦੀ ਦੌਲਤ ਖਜ਼ਾਨੇ ਵੀ ਕੋਈ ਦੇ ਦੇਵੇ ਨਾ ਤਾਂ ਵੀ ਸਵਾਸ ਮੁੱਲ ਨਹੀਂ, ਇੱਕ ਵੀ ਸਵਾਸ ਮੁੱਲ ਨਹੀਂ ਮਿਲ ਸਕਦਾ। ਦੁਨੀਆਂ ਦੀਆਂ ਵਸਤੂਆਂ ਖਰੀਦੀਆਂ ਜਾ ਸਕਦੀਆਂ ਪਰ ਸਵਾਸ ਮੁੱਲ ਨਹੀਂ ਖਰੀਦਿਆ ਜਾ ਸਕਦਾ। ਇੰਨੀ ਬੇਸ਼ਕੀਮਤੀ ਪੂੰਜੀ ਸਾਨੂੰ ਮਿਲੀ ਹੈ ਪਰ ਐਸੀ ਪੂੰਜੀ ਨੂੰ ਪ੍ਰਾਪਤ ਕਰਕੇ ਅਸੀਂ ਕੌਡੀਆਂ ਦੇ ਭਾਅ ਗਵਾ ਰਹੇ ਹਾਂ। ਕੌਡੀਆਂ ਦੇ ਭਾਅ ਕੀ? ਖਾ ਲਿਆ, ਪੀ ਲਿਆ, ਸੌਂ ਲਿਆ, ਜੀਵਨ ਹੰਢਾ ਲਿਆ ਕੰਮਾਂ ਧੰਦਾਂ ਦੇ ਵਿੱਚ, ਅਤੇ ਕੌਡੀਆਂ ਦੇ ਭਾਈ ਗਵਾਇਆ ਨਾ। ਇਸ ਕਰਕੇ ਭਾਈ ਜਿਹੜਾ ਮਨੁੱਖਾ ਜੀਵਨ ਮਿਲਿਆ ਨਾ, ਹਜ਼ੂਰ ਕਹਿੰਦੇ ਹੈ ਕਿ ਇਸ ਸੰਸਾਰ ਦੇ ਅੰਦਰ ਭਾਈ ਪ੍ਰਾਪਤ ਮਾਨੁਖ ਦੇਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਮਨੁੱਖਾ ਦੇਹ ਤੈਨੂੰ ਮਿਲੀ ਹੈ ਵਾਹਿਗੁਰੂ ਨੂੰ ਪ੍ਰਾਪਤ ਕਰਨ ਵਾਸਤੇ ਮਿਲੀ ਹੈ। ਇਹ ਮਨੁੱਖਾ ਜੀਵਨ ਅਤੇ ਸਵਾਸ ਤੈਨੂੰ ਮਿਲੇ ਹੈ ਕਿਸ ਵਾਸਤੇ? ਇਹ ਸਤ ਸੰਗਤ ਕਰਨ ਵਾਸਤੇ ਮਿਲੇ ਹੈ, ਇਹ ਸੇਵਾ ਕਰਨ ਵਾਸਤੇ ਮਿਲੇ ਹੈ, ਇਹ ਭਜਨ ਕਰਨ ਵਾਸਤੇ ਮਿਲੇ ਹੈ। ਇਹ ਦਸਾਂ ਨਹੁੰ ਦੀ ਕਿਰਤ ਕਰਕੇ ਫੇਰ ਇਸ ਵਿੱਚੋਂ ਦਾਨ ਕਰਨਾ। ਸਤ ਸੰਗਤ ਜੀ, ਤੁਸੀਂ 24 ਘੰਟੇ ਕੋਈ ਵੀ ਕਿਰਤ ਕਰੋ, ਚਾਹੇ ਵਪਾਰ ਕਰ ਲਓ, ਚਾਹੇ ਖੇਤੀਬਾੜੀ ਕਰ ਲਓ, ਚਾਹੇ ਦੁਕਾਨਦਾਰੀ ਕਰ ਲਓ, ਚਾਹੇ ਨੌਕਰੀ ਕਰ ਲਓ, ਚਾਕਰੀ ਕਰ ਲਓ, ਕੋਈ ਵੀ ਧੰਦਾ ਕਰ ਲਓ, ਉਸ ਵਿੱਚੋਂ ਤੁਹਾਨੂੰ ਸਮੇਂ ਦੀ ਹਕੂਮਤ ਦਾ ਜਿਹੜਾ ਟੈਕਸ ਹੈ ਨਾ ਉਹ ਦੇਣਾ ਲਾਜ਼ਮੀ ਪੈਂਦਾ। ਖੇਤੀ ਨੂੰ ਵੀ, ਖੇਤੀਬਾੜੀ ਨੂੰ ਵੀ, ਜ਼ਮੀਨਾਂ ਨੂੰ ਵੀ। ਆਪਾਂ ਨੂੰ ਸਰਕਾਰ ਦੇ ਖਜ਼ਾਨੇ ਵਿੱਚ 6 ਮਹੀਨਿਆਂ ਬਾਅਦ ਢਾਲ ਆਦਿ ਇਕੱਠੀ ਕਰਕੇ ਦੇਣੀ ਪੈਂਦੀ ਹੈ ਕਿਉਂਕਿ ਉਹ ਸਰਕਾਰ ਦਾ ਮੌਕੇ ਦੀ ਹਕੂਮਤ ਦਾ ਹਿੱਸਾ ਦੇਣਾ ਪੈਂਦਾ। ਵਪਾਰ ਵਿੱਚੋਂ ਵੀ ਦੇਣਾ ਪੈਂਦਾ, ਨੌਕਰੀ ਦੀ ਕਮਾਈ ਵਿੱਚੋਂ ਵੀ, ਚਾਕਰੀ ਦੀ ਕਮਾਈ ਵਿੱਚੋਂ ਵੀ, ਜ਼ਿਮੀਂਦਾਰੇ ਦੇ ਵਿੱਚੋਂ ਵੀ ਉਹ ਦੇਣਾ ਹੀ ਪੈਂਦਾ। ਸਾਰਾ ਨਹੀਂ ਤੁਸੀਂ ਵਰਤ ਸਕਦੇ, ਸਾਰਾ ਤੁਸੀਂ ਉਹ ਧਨ ਆਪਣੇ ਲਈ ਰੱਖ ਨਹੀਂ ਸਕਦੇ। ਜੇ ਕੋਈ ਬੰਦਾ ਉਰਾ ਪਰਾ ਹੇਰਾ ਫੇਰੀ ਕਰੇ ਨਾ, ਉਸ ਉੱਤੇ ਫਿਰ ਸਰਕਾਰ ਮੁਕੱਦਮਾ ਦਰਜ ਕਰ ਦਿੰਦੀ ਹੈ ਜਾਂ ਉਹਨੂੰ ਸਜ਼ਾ ਦਿੰਦੀ ਹੈ ਜਾਂ ਉਹਦੀ ਜਾਇਦਾਦ, ਉਹਦਾ ਧਨ ਜ਼ਬਤ ਕਰ ਲੈਂਦੀ ਹੈ। ਇਹ ਗੱਲ ਕਹਿਣ ਦਾ ਭਾਵ ਹੈ ਜਿੰਨੀ ਪੂੰਜੀ ਕਮਾਈ ਹੈ ਸਾਰੀ ਉੱਤੇ ਤੁਹਾਡਾ ਹੱਕ ਨਹੀਂ, ਉਸ ਉੱਤੇ ਸਮੇਂ ਦੀ ਹਕੂਮਤ ਦਾ ਵੀ ਹੱਕ ਹੈ ਅਤੇ ਉਸ ਪੂੰਜੀ ਵਿੱਚੋਂ ਕੁਝ ਹਿੱਸਾ ਤੁਸੀਂ ਆਪਣੇ ਪਰਿਵਾਰ ਨੂੰ ਵੀ ਦੇਣਾ, ਆਪਣੇ ਲਈ ਵੀ ਖਰਚਣਾ।
ਪਰ ਉਸ ਪੂੰਜੀ ਵਿੱਚੋਂ ਉਸ ਧਨ ਵਿੱਚੋਂ ਇੱਕ ਹਿੱਸਾ ਹੈ ਜਿਹੜਾ ਪਰਮਾਤਮਾ ਦੇ ਗੁਰੂ ਦੇ ਵਾਹਿਗੁਰੂ ਦੇ ਨਿਮਿੱਤ ਕੱਢਣਾ ਹੀ ਕੱਢਣਾ ਹੈ। ਗੁਰਬਾਣੀ ਵਿੱਚ ਆਇਆ ਦਸ ਵਸਤੂ ਲੈ ਪਾਛੈ ਪਾਵੈ, ਏਕ ਬਸਤ ਕਾਰਨ ਬੇਖੋਟ ਗਵਾਵੈ, ਏਕ ਪੀਨਾ ਦੇ ਦਸ ਪੀਹਰ ਲੇ ਤਾਂ ਮੂੜਾ ਕਹੁ ਕਹਾਂ ਕਰੇ। ਭਾਵ ਜਿਹਨੂੰ ਦਸਵੰਧ ਕਿਹਾ ਜਾਂਦਾ, ਦਸਵੰਧ ਖਾਣ ਦਾ ਕਿਸੇ ਨੂੰ ਹੁਕਮ ਨਹੀਂ। ਦਸਵੰਧ ਖਾਣ ਵਾਲਾ ਮਨੁੱਖ ਪਾਪੀ ਮੰਨਿਆ ਜਾਂਦਾ ਧਾਰਮਿਕ ਸ਼ਾਸਤਰਾਂ ਦੇ ਅੰਦਰ। ਉਹ ਦਸਵਾਂ ਹਿੱਸਾ, ਉਹ ਦਸਵੰਧ ਵਾਹਿਗੁਰੂ ਪਰਮੇਸ਼ਰ ਦੇ ਗੁਰੂ ਦੇ ਨਿਮਿੱਤ ਕੱਢ ਕੇ ਉਹ ਗੁਰੂ ਦੀ ਸੇਵਾ ਵਿੱਚ ਲਾਉਣਾ, ਉਹ ਦਾਨ ਪੁੰਨ ਕਰਨਾ, ਲੰਗਰ ਦੀ ਸੇਵਾ ਕਰਨੀ, ਗੁਰੂ ਕੀਆਂ ਇਮਾਰਤਾਂ ਦੀ ਸੇਵਾ ਕਰਨੀ, ਦੀਨਾਂ ਦੁਖੀਆਂ ਲੋੜਵੰਦਾਂ ਦੀ ਸੇਵਾ ਕਰਨੀ। ਜੇ ਉਹ ਦਸਵੰਧ ਪਰਮੇਸ਼ਰ ਦੇ ਨਿਮਿੱਤ ਬੰਦਾ ਦੇਈ ਜਾਵੇ ਨਾ, ਆਪਣੀ ਨੇਕ ਕਿਰਤ ਵਿੱਚੋਂ ਥੋੜ੍ਹਾ ਥੋੜ੍ਹਾ ਪੁੰਨ ਦਾਨ ਕਰੀ ਜਾਵੇ, ਫਿਰ ਵਾਹਿਗੁਰੂ ਪਰਮੇਸ਼ਰ ਦੀ ਇਹ ਜ਼ਿੰਮੇਵਾਰੀ ਹੈ ਕਿ ਉਸ ਨੂੰ ਵਾਹਿਗੁਰੂ ਕਦੇ ਘਾਟਾ ਨਹੀਂ ਪੈਣ ਦਿੰਦਾ, ਉਹਨੂੰ ਕਦੇ ਕੋਈ ਵਿਘਨ ਨਹੀਂ ਵਿਆਪਦਾ। ਤੁਸੀਂ ਰੱਖ ਕੇ ਵੇਖ ਲਓ, ਦਸਵੰਧ ਨਾ ਦਿਓ, ਫਸਲਾਂ ਨੂੰ ਬਿਮਾਰੀਆਂ ਪੈ ਜਾਂਦੀਆਂ, ਨੌਕਰੀਆਂ ਦੇ ਵਿੱਚ ਬੜੀ ਵੱਡੀ ਅੜਚਣ ਪੈਦਾ ਹੋ ਜਾਂਦੀ ਹੈ, ਵਪਾਰ ਵਿੱਚ ਘਾਟੇ ਪੈ ਜਾਂਦੇ ਆ। ਔਰ ਤੁਸੀਂ ਦਸਵੰਧ ਦੇਈ ਜਾਓ ਅਤੇ ਪਰਮੇਸ਼ਰ ਆ ਫਸਲਾਂ ਕਈ ਵਾਰੀ ਮਰ ਜਾਂਦੀਆਂ, ਜਿਹੜੇ ਦਸਵੰਧ ਦਿੰਦੇ ਆ ਰੱਬ ਉਹਨਾਂ ਦੀ ਆਪ ਰੱਖਿਆ ਕਰਦਾ, ਸਰੀਰ ਨਿਰੋਗ ਰਹਿੰਦੇ ਆ, ਉਹ ਮਾਇਆ ਬਿਮਾਰੀਆਂ 'ਤੇ ਨਹੀਂ ਲੱਗਦੀ, ਮੁਕੱਦਮਿਆਂ 'ਤੇ ਨਹੀਂ ਲੱਗਦੀ। ਭਾਵ ਉਲਟਾ ਤੁਹਾਨੂੰ ਹੀ ਉਹਦਾ ਫਲ ਹੈ। ਇਸ ਕਰਕੇ ਮਨੁੱਖਾ ਜੀਵਨ ਵਿੱਚ ਦਾਨ ਪੁੰਨ ਵੀ ਕਰਨਾ ਹਰ ਮਨੁੱਖ ਦਾ ਫਰਜ਼ ਹੈ। ਜਿਹੜਾ ਕਿਰਤ ਕਰਦਾ ਕਿਸੇ ਤਰ੍ਹਾਂ ਦੀ ਵੀ ਕਰਦਾ, ਉਹ ਗੁਰੂ ਦੇ ਨਿਮਿੱਤ ਪਰਮੇਸ਼ਰ ਦੇ ਨਿਮਿੱਤ ਆਪਣੀ ਪੂੰਜੀ ਨੂੰ ਸਫਲੀ ਕਰੇ, ਦਾਨ ਕਰੇ, ਪੁੰਨ ਕਰੇ। ਇਹ ਹੈ ਤੁਹਾਡੀ ਕਮਾਈ ਦਾ ਦਸਵੰਧ। ਰਾਜੇ ਨੂੰ ਸਮੇਂ ਸਿਰ ਦੇਈ ਜਾਓ ਤਾਂ ਰਾਜਾ ਕੋਈ ਵੀ ਸਜ਼ਾ ਨਹੀਂ ਦਿੰਦਾ। ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰੀ ਜਾਓ, ਫਿਰ ਵੀ ਉਹ ਸਾਰਾ ਪਰਿਵਾਰ ਦਾ ਸਿਸਟਮ ਸਹੀ ਚੱਲਦਾ। ਪਰਮੇਸ਼ਰ ਅਤੇ ਗੁਰੂ ਦੇ ਨਿਮਿੱਤ ਦੇਈ ਜਾਓ ਤਾਂ ਧਨ ਵਿੱਚ ਬਰਕਤ ਪੈਂਦੀ ਹੈ। ਜੇ ਨਹੀਂ ਦਊਂਗੇ ਫਿਰ ਧਾਰਮਿਕ ਸ਼ਾਸਤਰਾਂ ਵਿੱਚ ਆਉਂਦਾ, ਧਨ ਕੇ ਭਾਗੀ ਚਾਰ ਹੈ, ਧਰਮ ਚੋਰ ਨਿਰਪ ਆਗ, ਕੋਪੈ ਤਾਪੈ ਭਰਾਤ ਤ੍ਰੈ ਕਰੈ ਜੋ ਜੇਸ਼ਤੈ ਤਿਆਗ। ਧਨ ਦੇ ਚਾਰ ਹਿੱਸੇਦਾਰ ਮੰਨੇ ਹੈ। ਸਭ ਤੋਂ ਪਹਿਲਾਂ ਧਨ ਦਾ ਹਿੱਸੇਦਾਰ ਧਰਮ ਮੰਨਿਆ, ਜਿਹੜੀ ਮੈਂ ਵਿਆਖਿਆ ਕੀਤੀ ਹੈ ਵੀ ਗੁਰੂ ਦੇ ਪਰਮੇਸ਼ਰ ਦੇ ਨਿਮਿੱਤ ਜਿਹੜਾ ਧਨ ਦੇਣਾ ਨਾ, ਇਹ ਸਾਡਾ ਧਰਮ ਹੈ। ਇਹ ਧਰਮ ਨੂੰ ਹਿੱਸਾ ਦੇਣਾ ਹੀ ਦੇਣਾ, ਕੱਢਣਾ ਹੀ ਕੱਢਣਾ। ਜੇ ਨਹੀਂ ਦਊਂਗੇ, ਵੱਡੇ ਭਰਾ ਦਾ ਹਿੱਸਾ ਨਾ ਦਿਓ ਤਾਂ ਦੂਜਿਆਂ ਦਾ ਵੀ ਹਿੱਸਾ ਛੋਟੇ ਜਿਹੜੇ ਆ ਮਾਰ ਲੈਂਦੇ ਆ। ਇਸ ਕਰਕੇ ਧਰਮ ਵੱਡਾ ਭਰਾ ਮੰਨਿਆ। ਧਨ ਕੇ ਭਾਗੀ ਚਾਰ ਹੈ, ਧਰਮ ਚੋਰ ਨਿਰਪ ਆਗ। ਪਹਿਲਾ ਧਰਮ ਹੈ, ਧਰਮ ਦਾ ਹਿੱਸਾ ਨਹੀਂ ਦਊਂਗੇ ਕਦੇ ਵੀ ਤਾਂ ਚੋਰ ਚੋਰੀ ਕਰ ਲੈਂਦੇ ਆ, ਡਾਕੇ ਵੱਜ ਜਾਂਦੇ ਆ। ਅਤੇ ਤੀਜੇ ਨੰਬਰ 'ਤੇ ਰਾਜਾ ਟੈਕਸ ਲਾ ਦਿੰਦਾ,
ਚੌਥੇ ਨੰਬਰ ਤੇ ਕਹਿੰਦੇ ਅੱਗ ਵਿੱਚ ਵੀ ਕਈ ਵਾਰੀ ਧਨ ਪਦਾਰਥ ਸੜ ਜਾਂਦਾ। ਆ ਜਿਹੜੇ ਵਿਆਧ ਕਲੇਸ਼ ਪੈਂਦੇ ਆ ਅੱਗ ਹੀ ਹੈ ਨਾ, ਇਹਨਾਂ ਵਿੱਚ ਵੀ ਧਨ ਤਬਾਹ ਹੋ ਜਾਂਦਾ। ਇਸ ਕਰਕੇ ਭਾਈ ਮਨੁੱਖਾ ਜੀਵਨ ਜਿਹੜਾ ਇਹ ਮਿਲਿਆ ਨਾ, ਦਸਾਂ ਨੌਹਾਂ ਦੀ ਕਿਰਤ ਕਰਕੇ ਦਾਨ ਪੁੰਨ ਕਰਨਾ ਔਰ 24 ਘੰਟੇ ਸਵਾਸ ਜਿਹੜੇ ਵਾਹਿਗੁਰੂ ਨੇ ਅਮੋਲਕ ਦਿੱਤੇ ਹੈ, ਇਸ ਨੂੰ ਸੇਵਾ ਸਿਮਰਨ ਸਤਸੰਗਤ ਦੇ ਵਿੱਚ ਲਾਉਣਾ। ਘੱਟ ਤੋਂ ਘੱਟ 2.5 ਘੰਟੇ ਸਵਾਸ ਭਜਨ ਵਿੱਚ, ਸੰਗਤ ਵਿੱਚ, ਬਾਣੀ ਪੜ੍ਹਨ ਵਿੱਚ, ਪ੍ਰਭੂ ਦਾ ਭਜਨ ਸਿਮਰਨ ਕਰਨ ਵਿੱਚ ਆਪਣੇ ਸਫਲੇ ਕਰਨੇ। ਜੇ ਇੰਨਾ ਸਮਾਂ ਵੀ ਕੋਈ ਸਫਲਾ ਕਰਦਾ, ਮਨੁੱਖਾ ਜੀਵਨ ਅੰਦਰ ਕੋਈ ਨਿਯਮ ਬਣਾ ਲੈਂਦਾ, ਫਿਰ ਇਹ ਮਨੁੱਖਾ ਜੀਵਨ ਸਫਲ ਹੋ ਜਾਂਦਾ। ਇਸ ਕਰਕੇ ਜਿਨ੍ਹਾਂ ਨੇ ਦਾਨ ਪੁੰਨ ਕੀਤਾ, ਕਿਉਂਕਿ ਬੜਾ ਸੁੰਦਰ ਧਾਰਮਿਕ ਗ੍ਰੰਥਾਂ ਦੇ ਵਿੱਚ ਜ਼ਿਕਰ ਆਇਆ ਕਿ ਇਸ ਸੰਸਾਰ ਦੇ ਅੰਦਰ ਦਾਨੀ ਪੁਰਸ਼ ਵੀ, ਤੁਲਸੀ ਜੀ ਨੇ ਵੀ ਬੜਾ ਸੁੰਦਰ ਕਿਹਾ ਹੈ, ਜਨਨੀ ਜਨੈ ਤਾਂ ਭਗਤ ਜਨ ਕਹਿ ਦਾਤਾ ਕਹਿ ਸੂਰ। ਮਾਤਾ ਤਿੰਨ ਤਰ੍ਹਾਂ ਦੇ ਪੁੱਤਰਾਂ ਨੂੰ ਜਨਮ ਦੇਵੇ, ਜਾਂ ਦਾਨੀ ਨੂੰ, ਦਾਨ ਕਰਨ ਵਾਲੇ ਨੂੰ, ਜਾਂ ਸੂਰਮੇ ਨੂੰ, ਜਾਂ ਭਗਤੀ ਕਰਨ ਵਾਲੇ ਨੂੰ। ਤੇ ਜਿਹੜੇ ਭਾਈ ਆਪਣਾ ਧਨ ਦਾਨ ਵਿੱਚ ਧਰਮ ਦੇ ਅਰਥ ਪੁੰਨ ਕਰਦੇ ਆ, ਉਹਨਾਂ ਦਾ ਵੀ ਨਾਮ ਦੁਨੀਆਂ 'ਤੇ ਰਹਿੰਦਾ। ਤੇ ਜਿਹੜੇ ਸਵਾਸਾਂ ਦਾ ਦਸਵੰਧ ਕੱਢ ਕੇ ਭਜਨ ਕਰਦੇ ਆ, ਜਿਵੇਂ ਸੰਤ ਬਾਬਾ ਸੂਬਾ ਸਿੰਘ ਜੀ ਭਜਨ ਕਰਦੇ ਰਹੇ, ਅੱਜ ਉਹਨਾਂ ਦੀਆਂ ਯਾਦਾਂ ਮਨਾਈਆਂ ਜਾ ਰਹੀਆਂ, ਉਹਨਾਂ ਦੇ ਮੇਲੇ ਲੱਗਦੇ ਆ, ਜੋੜ ਮੇਲੇ ਮਨਾਏ ਜਾ ਰਹੇ ਆ। ਇਸ ਕਰਕੇ ਮਨੁੱਖਾ ਜੀਵਨ ਨੂੰ ਪ੍ਰਾਪਤ ਕਰਕੇ ਦਾਨ ਵੀ ਕਰਨਾ ਔਰ ਭਜਨ ਵੀ ਕਰਨਾ, ਔਰ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਭਾਵ ਸ਼ਹਾਦਤਾਂ ਦਿੱਤੀਆਂ, ਸ਼ਹੀਦਾਂ ਨੂੰ ਦੁਨੀਆ ਜਾ ਕੇ ਮੱਥੇ ਟੇਕਦੀ ਆ, ਉਹਨਾਂ ਦੀ ਯਾਦ ਮਨਾਉਂਦੀ ਹੈ। ਸਿੰਘ ਸਾਹਿਬ ਜੀ ਕਹਿ ਰਹੇ ਸਨ ਕਿ ਜਿਹੜੀ ਕੌਮ ਆਪਣੇ ਸ਼ਹੀਦਾਂ ਨੂੰ, ਆਪਣੇ ਕਰਨੀ ਵਾਲੇ ਮਹਾਂਪੁਰਖਾਂ ਨੂੰ, ਪਰ ਉਪਕਾਰੀਆਂ ਨੂੰ ਭੁੱਲ ਜਾਂਦੀ ਹੈ ਨਾ, ਉਸ ਕੌਮ ਦੀ ਕਦੇ ਤਰੱਕੀ ਨਹੀਂ ਹੁੰਦੀ। ਉਹ ਥੋੜ੍ਹੇ ਸਮੇਂ ਵਿੱਚ ਹੀ ਉਹ ਕੌਮ ਦਾ ਜਿਹੜਾ ਸਭ ਕੁਝ ਨਾਸ਼ ਹੋ ਜਾਂਦਾ। ਸ਼ਹੀਦਾਂ ਨੂੰ ਮੰਨਣ ਵਾਲੇ, ਸ਼ਹੀਦਾਂ ਨੂੰ ਯਾਦ ਕਰਨ ਵਾਲੇ ਪਰਉਪਕਾਰੀ ਸੰਤ ਭਗਤ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ, ਉਹਨਾਂ ਦੇ ਗੁਣ ਗਾਉਣ ਵਾਲੀਆਂ ਕੌਮਾਂ ਦੁਨੀਆਂ ਦੇ ਉੱਤੇ ਸਦਾ ਰਾਜ ਕਰਦੀਆਂ। ਇਸ ਕਰਕੇ ਮਨੁੱਖਾ ਜੀਵਨ ਮਿਲਿਆ, ਭਾਈ ਭਜਨ ਕਰੋ, ਦਸਾਂ ਨੌਹਾਂ ਦੀ ਕਿਰਤ ਕਰਕੇ ਦਾਨ ਦਿਓ, ਸਤ ਸੰਗਤ ਕਰੋ, ਪਰਉਪਕਾਰ ਕਰੋ, ਭਲਾ ਕਰੋ। ਪੁਰਾਣੇ ਸਮਿਆਂ ਵਿੱਚ ਸਾਡੇ ਬਜ਼ੁਰਗ ਗਰਮੀ ਦੀ ਰੁੱਤ ਵਿੱਚ ਪਿਆਸਿਆਂ ਨੂੰ ਪਾਣੀ ਪਿਆਉਣ ਲਈ ਪੌ ਲਾਇਆ ਕਰਦੇ ਸਨ, ਬਿਰਛ ਲਾਇਆ ਕਰਦੇ ਸਨ ਕਿ ਲੋਕ ਛਾਵੇਂ ਬੈਠਣਗੇ। ਭੁੱਖਿਆਂ ਨੂੰ ਕੋਈ ਰਾਹੀ ਪਾਂਧੀ ਤੁਰਿਆ ਜਾਂਦਾ, ਘਰੇ ਬੁਲਾ ਕੇ ਪ੍ਰਸ਼ਾਦਾ ਛਕਾ ਦੇਣਾ। ਪਿੰਡ ਵਿੱਚ ਕਿਸੇ ਨੂੰ ਕੋਈ ਦੁੱਖ ਤਕਲੀਫ ਹੈ, ਉਸ ਦੀ ਦੁੱਖ ਤਕਲੀਫ ਔਰ ਸੰਕਟ ਵਿੱਚ ਮਦਦ ਕਰਨੀ, ਸਹਾਇਤਾ ਕਰਨੀ, ਰੱਖਿਆ ਕਰਨੀ, ਇਹ ਪਰਉਪਕਾਰ ਦੇ ਨੇਕ ਚੰਗੇ ਕਰਮ ਸਨ। ਇਹ ਅੱਜ ਆਪਾਂ ਛੱਡ ਦਿੱਤੇ। ਅੱਜ ਸਾਨੂੰ ਵਾਤਾਵਰਣ ਚੇਤਾਵਨੀ ਦੇਣ ਲੱਗ ਪਿਆ ਵਾਹਿਗੁਰੂ ਵੱਲੋਂ, ਇਸ ਧਰਤੀ ਦੇ ਉੱਤੇ
ਖਤਰਿਆਂ ਦੇ ਨਿਸ਼ਾਨ ਆ ਕੇ ਖੜੇ ਹੋ ਗਏ ਕਿ ਇਹ ਮਨੁੱਖ ਤੂੰ ਭਲਾ ਕਰਨਾ ਛੱਡ ਦਿੱਤਾ, ਦਰਖਤ ਲਾਉਣੇ ਛੱਡ ਦਿੱਤੇ, ਵਾਤਾਵਰਣ ਦਾ ਸੰਤੁਲਨ ਵਿਗੜ ਗਿਆ, ਹਵਾ ਵਿਗੜ ਗਈ, ਬਿਮਾਰੀਆਂ ਆ ਗਈਆਂ, ਪਾਣੀ ਨਹੀਂ ਸੰਭਾਲਿਆ, ਸਵੱਛ ਨਹੀਂ ਰੱਖਿਆ ਪਾਣੀ ਵਿੱਚੋਂ, ਜਿਸ ਪਾਣੀ ਨੂੰ ਪੀ ਕੇ ਸਾਡੀ ਧਰਤੀ ਦਾ ਲੋਕ ਪਾਣੀ ਪੀ ਕੇ ਨਾ, ਮੈਂ ਪੁਰਾਣੇ ਬਜ਼ੁਰਗਾਂ ਤੋਂ ਸਾਧੂਆਂ ਤੋਂ ਸੁਣਿਆ, ਜੇ ਕਿਸੇ ਨੇ ਪੰਜਾਬ ਤੋਂ ਬਾਹਰਲੀ ਸਟੇਟ ਵਿੱਚ ਬਿਮਾਰ ਹੋ ਜਾਣਾ, ਰੋਗ ਸਰੀਰ 'ਤੇ ਆ ਜਾਣੇ, ਤਾਂ ਉਹਨਾਂ ਸਾਧੂਆਂ ਸੰਤਾਂ ਨੇ ਕਹਿਣਾ ਭਾਈ ਤੂੰ ਪੰਜਾਬ ਦੀ ਧਰਤੀ 'ਤੇ ਚੱਲਿਆ ਜਾ, ਉੱਥੋਂ ਦਾ ਆਬੋ ਹਵਾ, ਉੱਥੋਂ ਦਾ ਪੌਣ ਪਾਣੀ ਤੂੰ 10-20 ਦਿਨ ਮਹੀਨਾ ਲਾ ਕੇ ਆ, ਕੋਈ ਦਵਾਈ ਕੋਈ ਔਸ਼ਧੀ ਲੈਣ ਦੀ ਲੋੜ ਨਹੀਂ। 60-70 ਸਾਲ ਪਿੱਛੇ ਦੀ ਮੈਂ ਗੱਲ ਕਰਦਾ, ਕਹਿੰਦੇ ਉੱਥੋਂ ਦਾ ਪਾਣੀ ਪੀ ਕੇ ਤੂੰ ਉੱਥੋਂ ਦੇ ਵਾਤਾਵਰਣ ਵਿੱਚ ਰਹਿ ਕੇ ਤੰਦਰੁਸਤ ਨਿਰੋਗ ਹੋ ਜਾਏਗਾ, ਇੰਨਾ ਸ਼ੁੱਧ ਇੱਥੋਂ ਦਾ ਪੌਣ ਪਾਣੀ ਸੀ। ਪਰ ਆਪਾਂ ਭਲਾ ਕਰਨ ਦੀ ਥਾਂ 'ਤੇ ਦਰਖਤ ਵੱਢਣ ਲੱਗ ਗਏ, ਪਾਣੀ ਨੂੰ ਸਵੱਛ ਨਾ ਰੱਖਿਆ, ਅੱਜ ਉਹੀ ਪੌਣ ਪਾਣੀ ਸਾਡੇ ਲਈ ਬਿਮਾਰੀਆਂ ਦਾ ਕਾਰਨ ਬਣ ਗਿਆ। ਇਹ ਭਲੇ ਨੇਕ ਤੇ ਕਰਮ ਛੱਡ ਦਿੱਤੇ, ਬਿਰਛ ਕੋਈ ਵਿਰਲਾ ਹੀ ਲਾਉਂਦਾ, ਪਾਣੀ ਨੂੰ ਸਵੱਛ ਕੋਈ ਵਿਰਲਾ ਕਰਦਾ, ਔਰ ਕਿਸੇ ਦੀ ਦੁੱਖ ਤਕਲੀਫ ਵਿੱਚ ਕੋਈ ਮਦਦ ਵਿਰਲਾ ਕਰਦਾ। ਲੋਕ ਕਿਸੇ 'ਤੇ ਮੁਸੀਬਤ ਪੈਂਦੀ ਹੈ ਨਾ, ਅੱਜ ਸਾਡਾ ਸੁਭਾਅ ਬਣ ਗਿਆ ਆਪਾਂ ਹੱਸਦੇ ਹਾਂ ਮਜ਼ਾਕਾਂ ਕਰਦੇ ਹਾਂ। ਸਾਡੇ ਮਨ 'ਚ ਜੇ ਅਸੀਂ ਕਿਸੇ ਦੀ ਦੁੱਖ ਤਕਲੀਫ 'ਚ ਮਦਦ ਨਹੀਂ ਕਰਦੇ, ਘੱਟ ਤੋਂ ਘੱਟ ਹਮਦਰਦੀ ਤਾਂ ਸਾਡੇ ਹਿਰਦੇ ਵਿੱਚ ਹੋਣੀ ਚਾਹੀਦੀ ਹੈ। ਪਰ ਉਪਕਾਰ ਕੀ ਹੈ, ਭਲਾ ਖਿਆਲ ਮਨ ਵਿੱਚ, ਹੇ ਸੱਚੇ ਪਾਤਸ਼ਾਹ ਇਸ ਪ੍ਰਾਣੀ 'ਤੇ ਕੋਈ ਦੁੱਖ ਆਇਆ ਇਹਦੀ ਸਹਾਇਤਾ ਕਰ, ਜਾਂ ਆਪ ਵੀ ਮਦਦ ਕਰੋ, ਇਹ ਸਾਰਾ ਪਰਉਪਕਾਰ ਵਿੱਚ ਹੀ ਆਉਂਦਾ ਸੰਗਤ ਜੀ। ਔਰ ਧੰਨ ਸੀ ਬਾਬਾ ਸੂਬਾ ਸਿੰਘ ਵਰਗੇ ਯੋਧੇ ਜਿਨ੍ਹਾਂ ਨੇ ਐਡਾ ਵੱਡਾ ਪਰਉਪਕਾਰ ਕੀਤਾ ਕਿ ਸਾਡੇ ਇਸ ਦੇਸ਼ 'ਤੇ ਮੁਸੀਬਤਾਂ ਆਈਆਂ, ਅੰਗਰੇਜ਼ਾਂ ਨੇ ਹਿੰਦੁਸਤਾਨ ਨੂੰ ਗੁਲਾਮ ਕਰ ਲਿਆ, ਇਸ ਧਰਤੀ ਤੋਂ ਅੰਗਰੇਜ਼ ਜਿੱਥੇ ਉਹਨਾਂ ਨੇ ਕੋਈ ਮਾੜਾ ਕਰਮ ਵੀ ਪਹਿਲੀਆਂ 'ਚ ਨਹੀਂ ਕੀਤਾ, ਉਹ ਆਏ ਉਹਨਾਂ ਨੇ ਹਿੰਦੁਸਤਾਨ 'ਤੇ ਕਬਜ਼ਾ ਕੀਤਾ, ਚੰਗੇ ਕੰਮ ਵੀ ਕੀਤੇ, ਪਰ ਉਹਨਾਂ ਦਾ ਵਿਰੋਧ ਕਿਉਂ ਹੋਇਆ, ਉਹਨਾਂ ਨੇ ਪਰਜਾ ਨੂੰ ਗੁਲਾਮ ਬਣਾਉਣਾ ਸ਼ੁਰੂ ਕਰ ਦਿੱਤਾ, ਮਨ ਮਰਜ਼ੀ ਦੇ ਹੁਕਮ ਲੋਕਾਂ 'ਤੇ ਲਾਗੂ ਕਰ ਦਿੱਤੇ। ਜਦੋਂ ਇੰਨਾ ਜ਼ੁਲਮ ਹੋਇਆ, ਜ਼ੁਲਮ ਦੀ ਚੱਕੀ ਵਿੱਚ ਲੋਕ ਪੀਸੇ ਗਏ, ਤਾਂ ਫਿਰ ਇਹ ਯੋਧੇ ਸਿੱਖ ਸੂਰਮੇ ਸੰਤ ਮਹਾਂਪੁਰਖ ਸਨ, ਬਾਬਾ ਮਹਾਰਾਜ ਸਿੰਘ ਜੀ ਜੈਸੇ, ਬਾਬਾ ਰਾਮ ਸਿੰਘ ਜੀ ਨਾਮ ਧਾਰੀਏ, ਇਸੇ ਤਰ੍ਹਾਂ ਬਾਬਾ ਵੀਰ ਸਿੰਘ ਜੀ ਨੌਰੰਗਾਬਾਦ, ਜਥੇਦਾਰ ਸਰਦਾਰ ਕਿਸ਼ਨ ਸਿੰਘ ਜੀ, ਇਹ ਬੜੇ ਵੱਡੇ ਵੱਡੇ ਦੇਸ਼ ਭਗਤ ਗੁਰਸਿੱਖ ਮਹਾਂਪੁਰਖ ਸਾਧੂ ਹੋਏ, ਔਰ ਆਪਣੇ ਇਸ ਇਲਾਕੇ ਵਿੱਚੋਂ ਕਿੱਡੇ ਕਿੱਡੇ ਮਹਾਂਪੁਰਖ ਹੋਏ, ਬਾਬਾ ਵਿਸਾਖਾ ਸਿੰਘ ਜੀ ਦਦੇਰ ਸਾਹਿਬ ਵਾਲੇ ਸਾਧ ਸਿੰਘ ਜੀ, ਬੜੀਆਂ ਮਹਾਨ ਆਤਮਾਵਾਂ ਹੋਈਆਂ ਜਿਨ੍ਹਾਂ ਨੇ ਆਜ਼ਾਦੀ ਦਾ ਬਿਗਲ ਵਜਾਇਆ। ਹਿੰਦੁਸਤਾਨ 'ਚੋਂ ਕਿਸੇ ਨੇ ਨਹੀਂ ਅੰਗਰੇਜ਼ਾਂ ਦੀ ਗੁਲਾਮੀ ਦੇ ਖਿਲਾਫ ਆਵਾਜ਼ ਉਠਾਈ, ਸਭ ਤੋਂ ਪਹਿਲਾਂ ਸਾਡੇ ਸਿੱਖ ਗੁਰਸਿੱਖ ਬਜ਼ੁਰਗਾਂ ਨੇ, ਗੁਰਸਿੱਖ ਸੰਤਾਂ ਨੇ, ਮਹਾਂਪੁਰਖਾਂ ਨੇ, ਯੋਧਿਆਂ ਨੇ ਬਿਗਲ ਹੀ ਨਹੀਂ ਵਜਾਇਆ, ਆਜ਼ਾਦੀ ਲਈ ਸੰਘਰਸ਼ ਸ਼ੁਰੂ ਕੀਤਾ।
ਤਾਂ ਹੀ ਉਹਨਾਂ ਨੂੰ ਦੇਸ਼ ਭਗਤ ਕਿਹਾ ਗਿਆ। ਗਦਰੀ ਬਾਬੇ ਕਿਉਂ ਕਿਹਾ ਗਿਆ? ਗਦਰੀ ਦਾ ਅਰਥ ਹੁੰਦਾ ਗਦਰ ਮਚਾਉਣ ਵਾਲਾ, ਫਤੂਰ ਮਚਾਉਣ ਵਾਲਾ। ਪਰ ਉਹਨਾਂ ਨੇ ਕਿਹੜਾ ਗਦਰ ਕੀਤਾ? ਜ਼ੁਲਮ ਦੇ ਖਿਲਾਫ, ਅੰਗਰੇਜ਼ਾਂ ਦੀ ਗੁਲਾਮੀ ਦੇ ਖਿਲਾਫ, ਕਿ ਜਿਹੜਾ ਅੰਗਰੇਜ਼ਾਂ ਨੇ ਇੱਥੇ ਜ਼ੁਲਮ ਦਾ ਗਦਰ ਮਚਾਇਆ ਹੋਇਆ ਸੀ, ਉਸ ਨੂੰ ਇੱਥੋਂ ਮਲੀਆ ਮੇਟ ਕਰਨ ਵਾਸਤੇ ਉਹਨਾਂ ਨੂੰ ਬਰਾਬਰ ਦਾ ਸੰਘਰਸ਼ ਕਰਨਾ ਪਿਆ। ਜ਼ਾਲਮ ਚੜ੍ਹ ਕੇ ਆਉਂਦਾ ਤੁਹਾਡੇ 'ਤੇ ਵਾਰ ਕਰਦਾ ਕਿ ਤੁਸੀਂ ਉਸ ਵਰਗੇ ਸ਼ਸਤਰ ਲੈ ਕੇ ਉਸੇ ਤਰ੍ਹਾਂ ਮੁਕਾਬਲਾ ਕਰੋਗੇ ਤਾਂ ਤੁਸੀਂ ਉਸ ਦੇ ਜ਼ੁਲਮ ਨੂੰ ਰੋਕ ਸਕਦੇ ਹੋ। ਸੋ ਉਹਨਾਂ ਨੇ ਗਦਰ ਮਚਾਇਆ ਸੀ ਪਾਪ ਦਾ, ਜ਼ੁਲਮ ਦਾ। ਇਹਨਾਂ ਗੁਰਸਿੱਖਾਂ ਨੇ ਧਰਮ ਦਾ ਗਦਰ ਲੈ ਕੇ ਔਰ ਗੁਰਸਿੱਖੀ ਦੇ ਆਸਰੇ, ਬਾਣੀ ਦੇ ਨਾਮ ਦੇ ਆਸਰੇ ਉਹਨਾਂ ਜ਼ੁਲਮਾਂ ਦਾ ਮੁਕਾਬਲਾ ਕਰਨ ਲਈ ਆਵਾਜ਼ ਨਹੀਂ ਚੁੱਕੀ, ਸ਼ਸਤਰ ਵੀ ਚੁੱਕੇ। ਬਾਬਾ ਮਹਾਰਾਜ ਸਿੰਘ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆ ਕੇ ਅਰਦਾਸ ਕੀਤੀ, ਹੇ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਜਿੰਨਾ ਚਿਰ ਮੈਂ ਹਿੰਦੁਸਤਾਨ ਦੀ ਧਰਤੀ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਆਜ਼ਾਦ ਨਹੀਂ ਕਰਾ ਲੈਂਦਾ, ਉਹਨਾਂ ਚਿਰ ਆਪਣੇ ਸ਼ਸਤਰ ਜਿਹੜੇ ਚੁੱਕੇ ਆ ਉਹਨਾਂ ਚਿਰ ਇਹਨਾਂ ਨੂੰ ਬਰਾਡਮਾਨ ਨਹੀਂ ਕਰਾਂਗਾ, ਛੱਡਾਂਗਾ ਨਹੀਂ। ਔਰ ਦੂਸਰੀ ਗੱਲ, ਜੇ ਮਹਾਰਾਜ ਮੈਂ ਹਿੰਦੁਸਤਾਨ ਨੂੰ ਆਜ਼ਾਦ ਨਾ ਕਰਾ ਸਕਿਆ, ਉਹਨਾਂ ਚਿਰ ਚੈਨ ਆਰਾਮ ਨਾਲ ਇੱਕ ਦਿਨ ਵੀ ਨਹੀਂ ਬੈਠਾਂਗਾ, ਅੰਗਰੇਜ਼ਾਂ ਦੇ ਸਾਮਰਾਜ ਦੇ ਖਿਲਾਫ ਮੈਂ ਲੜਾਈ ਲੜਾਂਗਾ। ਤੀਜਾ ਪ੍ਰਣ, ਜੇਕਰ ਮਹਾਰਾਜ ਮੈਂ ਦੇਸ਼ ਨੂੰ ਆਜ਼ਾਦ ਨਾ ਕਰਾ ਸਕਿਆ, ਲੜਾਈ ਲੜਦਿਆਂ ਲੜਦਿਆਂ ਮੈਨੂੰ ਸ਼ਹੀਦੀ ਦੇਣੀ ਪਈ, ਸ਼ਹਾਦਤ ਦੇਣ ਤੱਕ ਆਪਣੇ ਸ਼ਸਤਰ ਆਪਣੇ ਹਥਿਆਰ ਨਹੀਂ ਛੱਡਾਂਗਾ। ਚੌਥਾ ਪ੍ਰਣ ਕੀਤਾ, ਸੱਚੇ ਪਾਤਸ਼ਾਹ ਅੰਗਰੇਜ਼ ਘੇਰਾ ਪਾ ਲੈਣ, ਸ਼ਹੀਦ ਵੀ ਨਾ ਹੋਵਾਂ, ਮੈਨੂੰ ਗ੍ਰਿਫਤਾਰ ਕਰ ਲੈਣ, ਮੈਂ ਗ੍ਰਿਫਤਾਰ ਹੋ ਕੇ ਵੀ ਜ਼ਾਲਮਾਂ ਦੀ ਈਨ ਨਹੀਂ ਮੰਨਾਂਗਾ, ਆਪਣਾ ਸਰੀਰ ਲੇਖੇ ਲਾ ਦਿਆਂਗਾ। ਧੰਨ ਸੀ ਮਹਾਂਪੁਰਖ ਬ੍ਰਹਮ ਗਿਆਨੀ ਬਾਬਾ ਮਹਾਰਾਜ ਸਿੰਘ ਜੀ, ਸਿੰਘਾਪੁਰ ਦੀ ਜੇਲ੍ਹ ਵਿੱਚ ਉਹਨਾਂ ਨੂੰ ਆਦਮਪੁਰ ਦੇ ਨੇੜਿਓਂ ਗ੍ਰਿਫਤਾਰ ਕਰ ਲਿਆ, ਸੂਹੀਆਂ ਨੇ ਖਬਰ ਦੇ ਦਿੱਤੀ, ਔਰ ਉਹਨਾਂ ਨੂੰ ਸਿੰਘਾਪੁਰ ਦੀ ਕੈਦ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ। ਉਦੋਂ ਉਹਨੂੰ ਕਾਲੇ ਪਾਣੀ ਦਾ ਨਾਮ ਦਿੱਤਾ ਜਾਂਦਾ ਸੀ, ਔਰ ਅੰਗਰੇਜ਼ ਲਾਲਚ ਦੇ ਦੇ ਕੇ ਥੱਕ ਗਏ ਕਿ ਬਾਬਾ ਜੀ ਤੁਸੀਂ ਜਿਸ ਮਰਜ਼ੀ ਇਲਾਕੇ ਵਿੱਚ 1,000, 2,000, 5,000 ਏਕੜ ਜ਼ਮੀਨ ਤੁਹਾਨੂੰ ਦੇ ਦਿੰਦੇ, ਲੱਖਾਂ ਕਰੋੜਾਂ ਰੁਪਇਆ ਤੁਹਾਨੂੰ ਅਸੀਂ ਜਗੀਰ ਲਾ ਦਿੰਦੇ, ਕੋਈ ਅਹੁਦਾ ਲੈਣਾ ਸਰਕਾਰ ਦਾ ਉਹ ਵੀ ਮਿਲ ਜਾਏਗਾ, ਜੇ ਕਿਸੇ ਰਿਆਸਤ ਦਾ ਰਾਜ ਲੈਣਾ ਉਹ ਵੀ ਮਿਲ ਜਾਏਗਾ, ਪਰ ਤੁਸੀਂ ਸਾਡੀ ਈਨ ਮੰਨ ਲਓ, ਸਾਡੀ ਸਰਕਾਰ ਦਾ ਰਾਜ ਪ੍ਰਵਾਨ ਕਰ ਲਓ। ਬਾਬਾ ਜੀ ਨੇ ਨਾਂਹ ਕਰ ਦਿੱਤੀ। ਅਖੀਰ ਬਾਬਾ ਜੀ 'ਤੇ ਇੰਨਾ ਅੱਤਿਆਚਾਰ ਕੀਤਾ, ਜੇਲ੍ਹ ਵਿੱਚ ਸਾਧ ਸੰਗਤ ਜੀ ਉਹਨਾਂ ਨੂੰ ਪ੍ਰਸ਼ਾਦੇ ਵਿੱਚ ਜ਼ਹਿਰਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ, ਖੱਬੀ ਅੱਖ ਦੇ ਥਣੀ ਲਹੂ ਪਾਕ ਵਗਦਾ ਰਹਿੰਦਾ, ਸਰੀਰ ਦਾ ਇੱਕ ਇੱਕ ਅੰਗ ਉਹਨਾਂ ਦੇ ਸਰੀਰ ਵਿੱਚ ਪੀੜਾਂ ਉੱਠਦੀਆਂ ਰਹਿੰਦੀਆਂ। ਔਰ ਅੰਗਰੇਜ਼ ਕਹਿੰਦੇ ਕਿ ਮਹਾਰਾਜ ਸਿੰਘਾਂ ਅਜੇ ਵੀ ਈਨ ਮੰਨ ਲੈ, ਕੁਝ ਨਹੀਂ ਤੇਰਾ ਵਿਗੜਿਆ। ਮਹਾਂਪੁਰਖਾਂ ਨੇ ਉਸੇ ਵਕਤ ਹੀ ਸੀਸ ਉੱਚੇ ਚੱਕ ਕੇ
ਗਰਜ ਕੇ ਅੰਗਰੇਜ਼ਾਂ ਨੂੰ ਇੱਕੋ ਗੱਲ ਕਹਿਣੀ, ਤੁਹਾਡੀ ਗੁਲਾਮੀ ਪ੍ਰਵਾਨ ਨਹੀਂ ਕਰਾਂਗਾ, ਮੈਂ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਪ੍ਰਣ ਕੀਤਾ। ਸੰਗਤ ਜੀ, ਇਹ ਵਾਕਿਆਤ ਸੁਣਨ ਵਾਲਾ ਜਿਹੜਾ ਜੇਲ੍ਹ ਦਾ ਜੇਲਰ ਸੀ, ਉਸ ਨੇ ਅੰਗਰੇਜ਼ਾਂ ਨੂੰ ਚਿੱਠੀ ਲਿਖੀ ਬਲੈਤ ਦੇ ਵਿੱਚ, ਇੰਗਲੈਂਡ ਦੇ ਵਿੱਚ ਸਮੇਂ ਦਾ ਜਿਹੜਾ ਹੁਕਮਰਾਨ ਸੀ, ਕਿ ਮਹਾਰਾਜ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ, ਉਹਦੇ ਸਿਰ ਵਿੱਚ ਖੱਬੇ ਪਾਸੇ ਸਾਰਾ ਕੈਂਸਰ ਹੋ ਗਿਆ ਔਰ ਲਹੂ ਪਾਕ ਵਗਦਾ ਰਹਿੰਦਾ, ਪਰ ਉਹਦਾ ਚਿਹਰਾ ਅੱਠੇ ਪੈਰ ਜਲਾਲ ਵਿੱਚ ਦਮਕਦਾ ਔਰ ਮੂੰਹੋਂ ਅੱਠੇ ਪੈਰ ਉਹਦੇ ਬੁੱਲ ਫਰਕਦੇ ਰਹਿੰਦੇ ਆ, ਉਹ ਭਜਨ ਪਾਠ ਕਰਦਾ ਰਹਿੰਦਾ, ਵਾਹਿਗੁਰੂ ਦੀ ਇਬਾਦਤ ਕਰਦਾ, ਪਰ ਉਹ ਅਜੇ ਤੱਕ ਵੀ ਈਨ ਮੰਨਣ ਨੂੰ ਤਿਆਰ ਨਹੀਂ। ਇਸ ਕਰਕੇ ਜੇ ਨਹੀਂ ਵੀ ਮੰਨਦਾ, ਉਸ ਦਾ ਇਲਾਜ ਕਰਾ ਦਿਓ, ਤਾਂ ਕਿ ਜੇਲ੍ਹ ਦੇ ਕਾਨੂੰਨ ਮੁਤਾਬਕ ਕੈਦੀ ਦਾ ਇਲਾਜ ਕਰਾਉਣਾ ਜੇਲ੍ਹ ਦਾ ਕਾਨੂੰਨ ਹੈ। ਪਰ ਉੱਤੋਂ ਚਿੱਠੀ ਆਈ ਕਿ ਇਹ ਸਿੱਖ ਧਰਮ ਦਾ ਇੱਕੋ ਇੱਕ ਸੰਤ ਹੈ, ਜਿੰਨਾ ਚਿਰ ਇਹ ਜਿਉਂਦਾ ਉਨਾ ਚਿਰ ਅਸੀਂ ਇਹ ਗੱਲ ਮੰਨਦੇ ਹਾਂ ਕਿ ਸਾਡਾ ਹਿੰਦੁਸਤਾਨ 'ਤੇ ਇਹਦੇ ਪੂਰਾ ਰਾਜ ਨਹੀਂ ਸਥਾਪਿਤ ਹੋਇਆ, ਇਸ ਦਾ ਕਦੇ ਵੀ ਇਲਾਜ ਨਹੀਂ ਕਰਾਇਆ ਜਾਏਗਾ। ਤਾਂ ਪਰ ਧੰਨ ਬਾਬਾ ਮਹਾਰਾਜ ਸਿੰਘ ਜੀ, ਅੰਤਾਂ ਦੇ ਤਸੀਹੇ ਦੇ ਦਿੱਤੇ ਗਏ, ਉਹਨਾਂ ਨੂੰ ਜੇਲ੍ਹ ਵਿੱਚ ਬੜੀ ਬੇਰਹਿਮੀ ਦੇ ਨਾਲ ਸ਼ਹੀਦ ਕਰ ਦਿੱਤਾ ਗਿਆ, ਪਰ ਆਪਣੇ ਬਚਨਾਂ 'ਤੇ ਅਡੋਲ ਰਹਿ ਕੇ ਵੀ ਕੁਰਬਾਨੀ ਦੇ ਗਏ। ਇਹ ਸਾਡੇ ਸਿੱਖ ਸੰਤਾਂ ਦੀ ਕੁਰਬਾਨੀ ਹੈ। ਇਹ ਗਾਂਧੀ ਦੇ ਚਰਖੇ ਨੇ ਹਿੰਦੁਸਤਾਨ ਆਜ਼ਾਦ ਨਹੀਂ ਕਰਾਇਆ। ਪੋਲੀਟੀਕਲ ਲੋਕ ਇਹ ਗੱਲ ਦਾ ਪ੍ਰਚਾਰ ਕਰੀ ਜਾਂਦੇ ਦੇਸ਼ ਦਾ, ਆਖੇ ਬਾਪੂ ਗਾਂਧੀ ਹੈ, ਕੋਈ ਗਾਂਧੀ ਗੁੰਧੀ ਬਾਪੂ ਨਹੀਂ। 1857 ਵਿੱਚ ਹਿੰਦੁਸਤਾਨ ਦੇ ਅੰਗਰੇਜ਼ ਸਾਮਰਾਜ ਦੇ ਖਿਲਾਫ ਆਜ਼ਾਦੀ ਦਾ ਬਿਗਲ ਕਿਹਨੇ ਵਜਾਇਆ? ਸਾਡੇ ਸਿੱਖ ਸੰਤਾਂ ਨੇ, ਸਾਡੇ ਗਦਰੀ ਬਾਬਿਆਂ ਨੇ, ਸਾਡੇ ਮਹਾਂਪੁਰਖਾਂ ਨੇ। ਸੋ ਇਸ ਕਰਕੇ ਸਾਧ ਸੰਗਤ ਜੀ, ਉਹਨਾਂ ਨੇ ਇਸ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਲਈ, ਸਿੱਖ ਕੌਮ ਨੇ 1% ਨਹੀਂ, 2% ਨਹੀਂ, 80% ਤੋਂ ਉੱਤੇ ਤੁਹਾਡੀਆਂ ਕੁਰਬਾਨੀਆਂ, ਉਹਨਾਂ ਕੁਰਬਾਨੀਆਂ ਕਰਨ ਵਾਲਿਆਂ ਵਿੱਚੋਂ ਕੁਰਬਾਨੀ ਵਾਲੇ ਜੁੜੇ ਸਨ ਬਾਬਾ ਸੂਬਾ ਸਿੰਘ ਜੀ, ਜਿਨ੍ਹਾਂ ਨੇ ਜਾ ਕੇ ਹਿੰਦੁਸਤਾਨ ਦੇ ਵਿੱਚੋਂ ਅੰਗਰੇਜ਼ਾਂ ਨੂੰ ਇਸ ਮੁਲਕ ਵਿੱਚੋਂ ਬਾਹਰ ਕੱਢ ਕੇ ਆਜ਼ਾਦ ਕਰਵਾਇਆ। ਸੋ ਮੇਰਾ ਕਹਿਣ ਤੋਂ ਭਾਵ ਇਹ ਹੈ, ਉਹਨਾਂ ਨੇ ਕੁਰਬਾਨੀਆਂ ਕੀਤੀਆਂ ਦੇਸ਼ ਲਈ, ਤਾਂ ਉਹਨਾਂ ਨੂੰ ਦੇਸ਼ ਭਗਤ ਗਦਰੀ ਬਾਬੇ ਕਿਹਾ ਜਾਂਦਾ, ਜਿਨ੍ਹਾਂ ਦੀ ਐਡੀ ਵੱਡੀ ਦੇਣ ਹੈ। ਦੇਸ਼ ਆਜ਼ਾਦ ਹੋਇਆ, ਸਮੇਂ ਦੀ ਹਕੂਮਤ ਬਦਲੀ, ਤਾਂ ਇਹਨਾਂ ਗਦਰੀ ਬਾਬਿਆਂ ਨੂੰ ਹਕੂਮਤ ਨੇ ਤਰ੍ਹਾਂ ਤਰ੍ਹਾਂ ਦੀਆਂ ਲਾਲਚ ਦੇਣ ਦੀਆਂ ਪੇਸ਼ਕਸ਼ਾਂ ਵੀ ਕੀਤੀਆਂ ਕਿ ਤੁਹਾਨੂੰ ਪੈਨਸ਼ਨਾਂ ਲਾ ਦਿੱਤੀਆਂ ਜਾਣਗੀਆਂ, ਤੁਸੀਂ ਕੋਈ ਰਾਜਸੀ ਅਹੁਦੇ ਲੈ ਲਓ। ਇਹ ਮਹਾਂਪੁਰਖ ਵਿਰਲੇ ਸਨ ਜਿਹੜੇ ਬਚੇ। ਇਹਨਾਂ ਨੇ ਵੇਖਿਆ ਦੇਸ਼ ਤਾਂ ਆਜ਼ਾਦ ਹੋ ਗਿਆ, ਪਰ ਸਿੱਖ ਕੌਮ ਨੂੰ, ਜਰਾਇਮ ਪੇਸ਼ਾ ਕੌਮ ਦਾ ਸਭ ਤੋਂ ਵੱਡਾ, ਸਿੱਖਾਂ ਦੇ ਉੱਤੇ ਇੱਕ ਹੋਰ ਅੱਤਿਆਚਾਰ ਕੀਤਾ ਗਿਆ, ਸਿੱਖਾਂ ਨੂੰ ਜਰਾਇਮ ਪੇਸ਼ਾ ਦਾ ਖਿਤਾਬ ਦੇ ਦਿੱਤਾ ਕਿ ਜਿਨ੍ਹਾਂ ਦਾ ਪੇਸ਼ਾ ਹੀ ਹੈ ਮਾਰ ਧਾੜ ਕਰਨੀ, ਡਾਕੇ ਮਾਰਨੇ, ਲੁੱਟਣਾ, ਕੁੱਟਣਾ ਲੋਕਾਂ ਨੂੰ, ਸਿੱਖਾਂ ਨੂੰ ਜਰਾਇਮ ਪੇਸ਼ਾ ਕਰਾਰ ਦੇ ਦਿੱਤਾ ਗਿਆ ਸਮੇਂ ਦੇ ਸੰਵਿਧਾਨ ਵਿੱਚ। ਉਹ ਸਮੇਂ
ਇਹਨਾਂ ਬਾਬਿਆਂ ਨੇ ਫਿਰ ਉਸ ਜ਼ੁਲਮ ਦੇ ਖਿਲਾਫ ਆਵਾਜ਼ ਉਠਾਈ। ਸੋ ਇਹ ਜਪ ਤਪ ਕਰਦੇ, ਧਰਮ ਦੀ ਖਾਤਰ ਆਵਾਜ਼ ਉਠਾਉਂਦੇ, ਆਪਣੀ ਕੌਮ ਦੇ ਹੱਕਾਂ ਦੀ ਖਾਤਰ ਆਵਾਜ਼ਾਂ ਉਠਾਉਂਦੇ, ਸੰਘਰਸ਼ ਕਰਦੇ, ਆਪਣਾ ਸਰੀਰ ਲੇਖੇ ਲਾ ਗਏ, ਪਰ ਇਹਨਾਂ ਨੇ ਪਰਉਪਕਾਰ ਕਰਨਾ, ਕੁਰਬਾਨੀ ਕਰਨੀ, ਜਦੋ ਜਹਿਦ ਕਰਨੀ ਨਹੀਂ ਤਿਆਗੀ। ਸੋ ਸਾਧ ਸੰਗਤ ਜੀ, ਸੰਸਾਰ ਉਹਨਾਂ ਦੀ ਯਾਦ ਮਨਾਉਂਦਾ ਜਿਹੜੇ ਧਰਮ ਦੀ ਖਾਤਰ ਆਪਣਾ ਜੀਵਨ ਨਿਸ਼ਾਵਰ ਕਰਦੇ ਹੈ, ਜਾਂ ਸ਼ਹੀਦੀਆਂ ਦਿੰਦੇ ਹੈ, ਜਾਂ ਨਾਮ ਜਪਦੇ ਹੈ, ਜਾਂ ਦਾਨ ਕਰਦੇ ਹੈ। ਸੋ ਤੀਸ ਪੰਜਵੀਂ ਸ਼੍ਰੇਣੀ 'ਚ ਕਿਸੇ ਨੂੰ ਕੋਈ ਥਾਂ ਨਹੀਂ। ਉਹ ਤਾਂ ਕਲਗੀਧਰ ਪਾਤਸ਼ਾਹ ਜੀ ਦੇ ਬਚਨ ਹੈ, ਆਪ ਜੀ ਨੇ ਇਹ ਬਚਨ ਦਸਮ ਦੇ ਵਿੱਚ ਕੀਤੇ ਹੈ ਕਿ ਇਸ ਸੰਸਾਰ ਦੇ ਅੰਦਰ ਕੋਈ ਮਨੁੱਖ ਵਿਚਿੱਤਰ ਨਾਟਕ ਦੇ ਅੰਦਰ ਇਹ ਦੋਹਰਾ ਆਉਂਦਾ, ਕਬਹੂੰ ਰਣ ਜੂਝਿਓ ਨਹੀਂ, ਕੱਛ ਦਾ ਜਸ ਨਹਿ ਲੀਨ, ਗਾਮ ਬਸਤ ਜਾਣਿਓ ਨਹੀਂ, ਜਮ ਸੋ ਕਿਨ ਕਹਿ ਦੀਨ। ਕਹਿੰਦੇ ਐ ਬੰਦੇ, ਕਲਗੀਆਂ ਵਾਲੇ ਦੇ ਬਚਨ ਹੈ, ਐ ਮਨੁੱਖ ਤੂੰ ਕਦੇ ਰਣ ਭੂਮੀ ਵਿੱਚ ਜੂਝਿਆ ਨਹੀਂ, ਕੌਮ ਦੇ ਹੱਕਾਂ ਲਈ ਕਦੇ ਆਵਾਜ਼ ਨਹੀਂ ਉਠਾਈ, ਧਰਮ ਦੀ ਖਾਤਰ ਕਦੇ ਮੈਦਾਨੇ ਜੰਗ ਵਿੱਚ ਜੰਗ ਨਹੀਂ ਕੀਤਾ, ਕੋਈ ਤਪ ਨਹੀਂ ਕੀਤਾ, ਕੋਈ ਦਾਨ ਦੇ ਕੇ ਦੁਨੀਆਂ ਕੋਲੋਂ ਜਸ ਨਹੀਂ ਪ੍ਰਾਪਤ ਕੀਤਾ। ਤੇ ਕਹਿੰਦੇ ਇਹੋ ਜਿਹੇ ਮਨੁੱਖ ਦੀ ਹੋਂਦ ਹੀ ਕੋਈ ਨਹੀਂ, ਨਾ ਦੁਨੀਆਂ ਵਿੱਚ, ਨਾ ਇਤਿਹਾਸ ਵਿੱਚ, ਨਾ ਆਉਣ ਵਾਲੀਆਂ ਪੀੜ੍ਹੀਆਂ ਵਿੱਚ, ਕਿ ਐਸੇ ਨਖਿੱਧ ਮਨੁੱਖ ਦੀ ਖਬਰ ਜਮਾਂ ਨੂੰ ਪਤਾ ਨਹੀਂ ਕਿਹਨੇ ਦੇ ਦਿੱਤੀ ਕਿ ਸਭ ਤੋਂ ਨੀਵੀਂ ਸੋਚ ਵਾਲਾ ਮਨੁੱਖ ਇੱਥੇ ਰਹਿੰਦਾ, ਉਹ ਆ ਗਏ ਇਹਨੂੰ ਲੈਣ ਵਾਸਤੇ। ਇਹ ਵਿਅੰਗ ਕੀਤਾ ਨਾ ਕਲਗੀਧਰ ਪਾਤਸ਼ਾਹ ਜੀ ਨੇ, ਇਹਨੂੰ ਵਕਰੋਕਤੀ ਵਿਦਵਾਨ ਕਹਿੰਦੇ ਹੈ। ਭਾਵ ਸਤਿਗੁਰੂ ਨੇ ਢੰਗ ਨਾਲ ਇਹ ਉਹਨਾਂ ਲੋਕਾਂ ਨੂੰ ਅਲਾਂਭਾ ਹੈ ਜਿਹੜੇ ਦਾਨ ਪੁੰਨ ਧਰਮ ਦੀ ਖਾਤਰ ਕੋਈ ਕਰਮ ਨਹੀਂ ਕਰਦੇ, ਉਹਨਾਂ ਦਾ ਤਾਂ ਸਾਧ ਸੰਗਤ ਜੀ ਦੁਨੀਆਂ ਵਿੱਚ ਨਾਮੋ ਨਿਸ਼ਾਨ ਹੀ ਨਹੀਂ ਕਦੇ ਵੀ ਰਹਿੰਦਾ। ਇਸ ਕਰਕੇ ਗੁਰਮੁਖੋ, ਮਨੁੱਖਾ ਜੀਵਨ ਜਿਹੜਾ ਮਿਲਿਆ ਨਾ, ਇਹਦੀ ਕਦਰ ਸਮਝੋ, ਸੇਵਾ ਕਰੋ, ਸਤਸੰਗਤ ਕਰੋ, ਪਰਉਪਕਾਰ ਕਰੋ, ਦਸਵੰਧ ਦਿਓ, ਮਨੁੱਖਾ ਜੀਵਨ ਸਤਸੰਗਤ ਕਰਕੇ ਸਫਲ ਕਰੋ, ਜਿਵੇਂ ਇਹ ਸਤਪੁਰਸ਼ ਕਰਕੇ ਗਏ ਹਨ। ਆਓ ਸ਼੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੋ ਸ਼੍ਰੀ ਮੁਖ ਵਾਕ ਬਖਸ਼ਿਸ਼ ਕੀਤੇ ਆ, ਉਹਨਾਂ ਦੀ ਕਥਾ ਸਰਵਣ ਕਰੀਏ। ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ, ਜਿਨ੍ਹਾਂ ਨੂੰ ਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮਨੁੱਖ ਦੀਆਂ ਜਿਹੜੀਆਂ ਇਛਾਵਾਂ, ਇੱਛਾ, ਕਾਮਨਾ ਹਰ ਇੱਕ ਦੇ ਮਨ ਵਿੱਚ ਹੀ ਹੁੰਦੀ ਹੈ, ਮੇਰੀ ਆਹ ਇੱਛਾ ਪੂਰੀ ਹੋ ਜੇ, ਆਹ ਹੋ ਜੇ। ਜਿੰਨਾ ਚਿਰ ਪੂਰੀ ਨਹੀਂ ਹੁੰਦੀ, ਉਨਾ ਚਿਰ ਮਨ ਨੂੰ ਚੈਨ ਨਹੀਂ ਆਉਂਦਾ, ਸ਼ਾਂਤੀ ਨਹੀਂ ਆਉਂਦੀ। ਤਾਂ ਸਿੱਖਾਂ ਨੇ ਕਿਹਾ, ਮਹਾਰਾਜ ਕੋਈ ਐਸੀ ਜਗ੍ਹਾ ਹੈ ਜਿੱਥੇ ਸਾਰੀਆਂ ਇੱਛਾ ਪੂਰੀਆਂ ਹੋ ਜਾਣ? ਤਾਂ ਇਹ ਸ਼ਬਦ ਦਾ ਸਿਧਾਂਤ ਹੈ, ਜਾਮਨ ਸਤਨਾਮ ਸਦਾ ਸਤਨਾਮ। ਹੇ ਮਨਾ, ਹੇ ਜੀਵ, ਹੇ ਪ੍ਰਾਣੀ, ਤੂੰ ਵਾਹਿਗੁਰੂ ਦੇ ਸੱਚੇ ਨਾਮ ਨੂੰ ਰਸਨਾ ਨਾਲ ਜਪਿਆ ਕਰ। ਜੇ ਜਪੇਗਾ ਫਿਰ ਤੇਰੇ ਉੱਤੇ ਕੀ ਕਿਰਪਾ ਹੋਏਗੀ। ਧਨਾਸਰੀ ਮਹੱਲਾ ਚੌਥਾ। ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧਨਾਸਰੀ ਰਾਗਣੀ ਵਿੱਚ ਸਿੱਖਾਂ ਦੇ ਬੇਨਤੀ ਕਰਨ ਤੋਂ, ਸਿੱਖਾਂ ਦੀ ਸ਼ੰਕਾ, ਸਿੰਘ ਸਿੱਖਾਂ ਦਾ ਪ੍ਰਸ਼ਨ ਜਿਹੜਾ ਹੈ ਉਹ ਉੱਤਰ ਦੇ ਕੇ
ਉਹਨਾਂ ਦੇ ਮਨ ਦੀ ਇੱਛਾ ਪੂਰੀ ਕਰਕੇ ਉਹਨਾਂ ਨੂੰ ਸ਼ਾਂਤੀ ਧੀਰਜ ਬਖਸ਼ ਰਹੇ ਹਨ। ਇੱਛਾ ਪੂਰਕ ਸਰਬ ਸੁਖ ਦਾਤਾ ਹਰ ਭਾਈ ਗੁਰਸਿੱਖੋ, ਜੋ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਹਰ ਦਾ ਅਰਥ ਇੱਥੇ ਅਕਾਲ ਪੁਰਖ ਲੱਗੇਗਾ। ਹਰੀ ਜੋ ਅਕਾਲ ਪੁਰਖ ਵਾਹਿਗੁਰੂ ਹੈ, ਉਹ ਸਾਰਿਆਂ ਸੁਖਾਂ ਦਾ ਦਾਤਾ, ਸਾਰੀਆਂ ਦਾਤਾਂ ਦੇਣ ਵਾਲਾ ਤੇ ਸਾਰੇ ਸੁਖ ਦੇਣ ਵਾਲਾ ਤੇ ਮਨੁੱਖ ਦੀ ਹਰ ਇੱਛਾ ਨੂੰ, ਇੱਥੇ ਪੂਰਕ ਸ਼ਬਦ ਦਾ ਮਤਲਬ ਹੈ ਸਾਰੀਆਂ ਇੱਛਾ, ਜਿੰਨੀਆਂ ਵੀ ਮਨੁੱਖ ਦੀਆਂ ਇੱਛਾ ਹੁੰਦੀਆਂ ਹਨ ਸਰਬੋ ਸਾਰੀਆਂ ਪੂਰੀਆਂ ਕਰਨ ਦੇ ਸਮਰੱਥ ਹੈ। ਉਹਦੇ ਵਿੱਚ ਇਹ ਤਾਕਤ ਹੈ, ਸਮਰੱਥਾ ਹੈ, ਸ਼ਕਤੀ ਹੈ, ਜੋ ਵੀ ਬੰਦਾ ਇੱਛਾ ਕਰੇ ਪਰਮਾਤਮਾ ਉਹਦੀ ਇੱਛਾ ਪੂਰੀ ਕਰ ਦਿੰਦਾ। ਹੋਲੇ ਮਹੱਲੇ 'ਤੇ ਤੁਸੀਂ ਜਾਣਾ ਥੋੜ੍ਹੇ ਦਿਨਾਂ ਤੱਕ, 19-20-21 ਨੂੰ ਹੋਲਾ ਮਹੱਲਾ ਸ੍ਰੀ ਅਨੰਦਪੁਰ ਸਾਹਿਬ ਮਨਾਇਆ ਜਾ ਰਿਹਾ, ਮਹੱਲਾ 21 ਤਰੀਕ ਨੂੰ ਹੋਏਗਾ। ਉਸੇ ਦਿਨੀ ਪੁੰਨਿਆ, ਉਸੇ ਦਿਨੀ ਚੇਤ ਬਦੀ ਏਕਮ ਹੈ, ਕਿਉਂਕਿ ਚੇਤ ਬਦੀ ਏਕਮ ਨੂੰ ਹੀ ਮਹੱਲਾ ਸਤਿਗੁਰੂ ਜੀ ਨੇ ਆਰੰਭ ਕੀਤਾ ਸੀ ਅਨੰਦਪੁਰ ਸਾਹਿਬ ਵਿਖੇ। ਇਸ ਕਰਕੇ ਹੋਲੇ ਮਹੱਲੇ 'ਤੇ ਚੋਰ ਆ ਗਿਆ, ਅਰਦਾਸ ਕੀਤੀ, ਮਹਾਰਾਜ ਮੈਨੂੰ ਲੋੜ ਬੜੀ ਹੈ, 3 ਚੋਰੀਆਂ ਮੇਰੀਆਂ ਸੱਚੇ ਪਾਤਸ਼ਾਹ ਜੀ ਲੁਕੀਆਂ ਰਹਿਣ, ਭਾਵ 3 ਚੋਰੀਆਂ ਕਰਨੀਆਂ, ਮੇਰਾ ਪਰਦਾ ਢੱਕ ਕੇ ਰੱਖਿਓ, ਲੋਕਾਂ ਨੂੰ ਪਤਾ ਨਾ ਲੱਗੇ। ਲਿਬਾਸ ਧਰਮੀਆਂ ਵਾਲਾ ਬਣਾ ਲਿਆ, ਧੋਤੀ ਲਾ ਲਈ, ਬੋਧੀ ਔਰ ਜਨੇਊ ਪਾ ਲਿਆ, ਤਿਲਕ ਲਾ ਲਿਆ, 3 ਚੋਰੀਆਂ ਕਰ ਲਈਆਂ, ਕਿਸੇ ਨੂੰ ਪਤਾ ਨਾ ਲੱਗਾ, ਲੋਕਾਂ ਦੇ ਜੇਬਾਂ ਵਿੱਚੋਂ ਪੈਸੇ ਕੱਢ ਲਏ। ਮਨ ਵਿੱਚ ਖਿਆਲ ਆਇਆ ਕਿ 3 ਦਾ ਨਹੀਂ ਪਤਾ ਲੱਗਣਾ ਤੇ ਹੁਣ ਹੋਰ ਵੀ ਕਰ ਲਈਏ, ਲਾਲਚ ਆ ਗਿਆ, ਲਾਲਚ ਵਿੱਚ ਆ ਕੇ ਚੋਰੀ ਹੋਰ ਕਰਨ ਲੱਗ ਪਿਆ। ਬੜੇ ਲੋਕਾਂ ਦੇ ਖੀਸੇ ਕੱਟੇ ਗਏ, ਧਨ ਚੋਰ ਚੁਰਾ ਲਿਆ, ਹਾਹਾਕਾਰ ਮੱਚ ਗਈ ਵੀ ਮੇਲੇ ਵਿੱਚ ਬੜੇ ਚੋਰ ਆਏ ਹੈ, ਲੋਕਾਂ ਦੀਆਂ ਜੇਬਾਂ ਕੱਟੀ ਜਾਂਦੇ ਹੈ। ਸਤਿਗੁਰਾਂ ਕੋਲੇ ਸ਼ਿਕਾਇਤ ਆਈ, ਮਹਾਰਾਜ ਕਹਿੰਦੇ ਭਾਈ ਚੋਰ ਬਹੁਤੇ ਨਹੀਂ, ਚੋਰ ਇੱਕੋ ਹੀ ਹੈ। ਕਹਿੰਦੇ ਜੀ ਫਿਰ ਦੱਸੋ, ਕਹਿੰਦੇ ਉਹ ਮੇਲੇ ਵਿੱਚ ਸਿਰ ਤੇ ਬੋਧੀ ਹੈ, ਤਿਲਕ ਲਾਇਆ ਤੇ ਧੋਤੀ ਬੰਨੀ ਹੈ, ਧਰਮੀਆਂ ਵਾਲਾ ਲਿਬਾਸ ਬਣਾਇਆ ਕਿ ਲੋਕਾਂ ਨੂੰ ਪਤਾ ਨਾ ਲੱਗ ਜੇ, ਲਿਬਾਸ ਵੇਖ ਕੇ ਲੋਕੀ ਯਕੀਨ ਕਰਨ ਵੀ ਇਹ ਧਰਮੀ ਬੰਦਾ। ਮਹਾਰਾਜ ਕਹਿੰਦੇ ਨੂੰ ਫੜ ਲਿਆਓ। ਜਦੋਂ ਫੜ ਕੇ ਲਿਆਂਦਾ, ਸਾਰਾ ਧਨ ਵਸੂਲ ਕਰ ਲਿਆ। ਉਹ ਕਹਿਣ ਲੱਗਾ, ਮਹਾਰਾਜ ਮੈਂ ਅਰਦਾਸ ਕੀਤੀ ਸੀ, ਮੇਰਾ ਪਰਦਾ ਢੱਕਿਓ। ਕਹਿੰਦੇ ਭਾਈ ਤੈਨੂੰ, ਤੂੰ ਅਰਦਾਸ ਕੀਤੀ ਸੀ ਵੀ 3 ਚੋਰੀਆਂ ਦਾ ਨਾ ਪਤਾ ਲੱਗੇ, 3 ਤੱਕ ਤੇਰਾ ਪਰਦਾ ਢੱਕਿਆ, ਤੇਰੀ ਇੱਛਾ ਸੀ, ਪਰ ਤੂੰ ਤਾਂ ਲਾਲਚ ਵਿੱਚ ਆ ਕੇ ਗਰੀਬ ਅਮੀਰ ਕੋਈ ਛੱਡਿਆ ਨਹੀਂ, ਇਸ ਕਰਕੇ ਜਿੰਨਾ ਢੱਕਣਾ ਸੀ ਢੱਕਤਾ, ਪਰ ਹੁਣ ਜਿਹੜੇ ਵਿਚਾਰੇ ਕਿਰਾਏ ਜੋਗੇ ਵੀ, ਜਿਹਨਾਂ ਕੋਲੇ ਪੈਸੇ ਹੀ ਨਹੀਂ ਰਹੇ, ਲੰਗਰ ਪਾਣੀ ਜੋਗੀ ਵੀ ਮਾਇਆ ਨਹੀਂ ਰਹੀ, ਤੂੰ ਬਹੁਤ ਵੱਡਾ ਧੱਕਾ ਕੀਤਾ। ਕਿਉਂ ਗੁਰੂ ਕਈ ਵਾਰੀ ਸਾਧ ਸੰਗਤ ਜੀ ਪੜਦੇ ਵੀ ਉਘੇੜ ਦਿੰਦਾ, ਗੁਰੂ ਤੋਂ ਕੋਈ ਲੁਕਿਆ ਛਿਪਿਆ ਨਹੀਂ ਹੁੰਦਾ, ਇੱਛਾ ਸਾਰੀਆਂ ਹੀ ਪੂਰੀਆਂ ਕਰਦਾ ਵਾਹਿਗੁਰੂ, ਮੰਗ ਜੋ ਮਰਜ਼ੀ ਲਓ। ਫਿਰ ਦੂਸਰਾ ਹੁੰਦਾ ਉਹਦੀ ਮੌਜ ਹੈ, ਦੇਣਾ ਜਾਂ ਨਾ ਦੇਣਾ, ਸਾਨੂੰ ਬੇਮੁੱਖ ਨਹੀਂ ਹੋਣਾ ਚਾਹੀਦਾ। ਤੀਜਾ ਹੁੰਦਾ ਵੀ ਇਹ ਦਾਤ, ਬੱਚਾ ਮਾਂ ਕੋਲੋਂ ਹਰ ਕੋਈ ਵਸਤੂ ਮੰਗਦਾ, ਪਰ ਮਾਂ ਨੂੰ ਪਤਾ ਹੁੰਦਾ ਵੀ ਇਹ ਵਸਤੂ ਦਿੱਤਿਆਂ ਬੱਚੇ ਦਾ ਭਲਾ, ਇਹ ਦੇਣ ਨਾਲ ਇਹਦਾ ਨੁਕਸਾਨ ਹੈ।
ਮਾਂ ਜਿਹੜੀ ਗੱਲ ਨਾਲ ਨੁਕਸਾਨ ਹੋਵੇ, ਬੱਚਾ ਲੱਖ ਮੰਗੀ ਜਾਏ, ਫੋੜੇ ਫਿਣਸੀਆਂ ਬੱਚਿਆਂ ਦੇ ਨਿਕਲ ਜਾਂਦੀਆਂ, ਬੱਚੇ ਗੁੜ ਮੰਗਦੇ ਆ ਬਾਰ ਬਾਰ, ਮਾਂ ਕਹਿੰਦੀ ਇਹ ਨਹੀਂ ਤੈਨੂੰ ਦੇਣਾ, ਅੱਗੇ ਬੜੀਆਂ ਫੋੜੇ ਫਿਣਸੀਆਂ ਤੇਰੇ ਸਰੀਰ ਤੇ ਨਿਕਲੀਆਂ ਹੋਈਆਂ, ਪੁਰਾਣੇ ਸਮਿਆਂ ਵਿੱਚ ਇੱਦਾਂ ਹੁੰਦਾ ਸੀ, ਕਿਉਂ ਇਹ ਜੇ ਗੁੜ ਦਿੱਤਾ ਤੇਰੇ ਲਈ ਜ਼ਹਿਰ ਹੈ, ਹੋਰ ਬਿਮਾਰੀ, ਖੂਨ ਦਾ ਸੰਤੁਲਨ ਵਿਗੜ ਜਾਏਗਾ, ਉਹ ਦੰਦੀ ਨਹੀਂ ਲੱਖ ਮੰਗੀ ਜਾਏ। ਗੁਰੂ ਸਾਹਿਬ ਨੂੰ ਵੀ ਪਤਾ, ਪਰਮੇਸ਼ਰ ਨੂੰ ਵੀ ਪਤਾ ਕਿ ਇਹ ਦਾਤ ਸਿੱਖ ਦੇ ਦੇਣ ਦੇ ਹਿੱਤ ਵਿੱਚ ਹੈ, ਇਹ ਦੇਣ ਵਿੱਚ ਭਲਾ ਨਹੀਂ, ਇਸ ਕਰਕੇ ਮਹਾਰਾਜ ਇਸ ਤਰ੍ਹਾਂ ਦੰਦੇ ਵੀ ਨਹੀਂ। ਪਰ ਭਾਈ ਗੁਰੂ ਵਿੱਚ, ਵਾਹਿਗੁਰੂ ਵਿੱਚ ਸਮਰੱਥਾ ਹੈ, ਜੋ ਵੀ ਕੋਈ ਮੰਗੇ ਸਾਰੀਆਂ ਇੱਛਾ ਪੂਰੀਆਂ ਕਰਨ ਦੇ ਸਮਰੱਥ ਹਨ। ਜਾ ਕੇ ਵਸ ਹੈ ਕਾਮ ਧੇਨਾ, ਉਹ ਵਾਹਿਗੁਰੂ ਦੇ ਅਧੀਨ ਹੈ, ਕਾਮ ਧੇਨ ਗਊ ਵੀ, ਦੇਵਤੇ ਕਾਮ ਧੇਨ ਗਊ ਦੀ ਪੂਜਾ ਕਰਦੇ ਹੈ ਸਵਰਗ ਲੋਕ ਵਿੱਚ, ਹੇ ਕਾਮ ਧੇਨ ਮਾਂ ਗਊ, ਸਾਨੂੰ ਆਹ ਪਦਾਰਥ ਮਿਲ ਜੇ, ਆਹ ਮਿਲ ਜੇ, ਉਹਨਾਂ ਦੀ ਕਾਮਨਾ ਪੂਰੀ ਹੋ ਜਾਂਦੀ ਹੈ। ਉਹ ਕਲਪ ਬਿਰਛ ਥੱਲੇ ਜਾ ਕੇ ਪ੍ਰਾਰਥਨਾ ਕਰਦੇ ਆ, ਸਾਨੂੰ ਆਹ ਮਿਲ ਜੇ, ਮਿਲ ਜਾਂਦਾ। ਪਰ ਮਹਾਰਾਜ ਕਹਿੰਦੇ ਵੀ ਪਰਮੇਸ਼ਰ ਦੇ ਵਸ ਵਿੱਚ ਹੀ ਆ, ਕਾਮ ਧੇਨ ਗਊ ਵੀ, ਕਲਪ ਬਿਰਛ ਵੀ, ਸਾਰੀਆਂ ਕਾਮਨਾਵਾਂ ਨੂੰ ਧੇਨ ਨਾਮ ਦੇਣ ਵਾਲਾ ਇੱਕ ਹਰੀ ਵਾਹਿਗੁਰੂ ਹੈ, ਉਹਦੇ ਵਸ ਅਧੀਨ ਹੈ। ਸੋ ਐਸਾ ਹਰ ਧਿਆਈ ਹੈ ਮੇਰੇ ਜੀਅੜੇ, ਇਹ ਜੀਵ ਐਸੇ ਵਾਹਿਗੁਰੂ ਦਾ ਸਿਮਰਨ ਕਰਿਆ ਕਰ, ਉਹਨੂੰ ਭੁੱਲਿਆ ਨਾ ਕਰ। ਧਿਆਉਣ ਦਾ ਅਰਥ ਹੁੰਦਾ ਭੁੱਲਣਾ ਨਹੀਂ ਕਦੇ, ਜਿਹੜੀਆਂ ਦਾਤਾਂ ਦੰਦਾ ਨਾ ਤੈਨੂੰ, ਦਾਤੇ ਨੂੰ ਵੀ ਚੇਤੇ ਰੱਖਿਆ ਕਰ। ਦਾਤ ਪਿਆਰੀ ਵਿਸਰਿਆ ਦਾਤਾਰਾ, ਦਾਤਾਂ ਚੰਗੀਆਂ ਲੱਗਣ ਲੱਗ ਜਾਂਦੀਆਂ, ਦੇਣ ਵਾਲਾ ਦਾਤਾ ਵਿਸਰ ਜਾਂਦਾ। ਪਰ ਮਹਾਰਾਜ ਕਹਿੰਦੇ ਉਹਨੂੰ ਅੱਠੇ ਪੈਰ, ਜਿਹੜਾ ਤੇਰੀਆਂ ਸਾਰੀਆਂ ਇੱਛਾ ਪੂਰੀਆਂ ਕਰਨ ਵਾਲਾ, ਉਹਦੇ ਸਿਮਰਨ ਨੂੰ, ਉਸ ਵਾਹਿਗੁਰੂ ਨੂੰ ਸਦੇ ਯਾਦ ਰੱਖਿਆ ਕਰ, ਉਸ ਹਰੀ ਦਾ ਭਜਨ ਕਰਿਆ ਕਰ। ਹੇ ਮੇਰੇ ਪਿਆਰੇ ਜੀਵ, ਤਾ ਸਰਬ ਸੁਖ ਪਾਵਹਿ ਮੇਰੇ ਮਨਾ, ਹੇ ਮਨਾ ਤੂੰ ਸਾਰੇ ਸੁਖ ਹੀ ਪ੍ਰਾਪਤ ਕਰ ਲਵੇਂਗਾ, ਕੋਈ ਲੋਕ ਪ੍ਰਲੋਕ ਦਾ ਸੁਖ ਨਹੀਂ ਤੇਰੇ ਤੋਂ ਗੁਪਤ ਰਹੇਗਾ, ਉਹਲੇ ਰਹੇਗਾ। ਜਪ ਮਨ ਸਤਨਾਮ ਸਦਾ ਸਤਨਾਮ, ਜਿਹੜਾ ਫਿਰ ਐਡਾ ਵੱਡਾ ਦਾਤਾ ਤੈਨੂੰ ਦਾਤਾਂ ਦਿੰਦਾ, ਉਹਦਾ ਭਜਨ ਕਿਉਂ ਨਹੀਂ ਕਰਨਾ? ਮਹਾਰਾਜ ਕਹਿੰਦੇ ਉਹਦਾ ਜ਼ਰੂਰ ਭਜਨ ਕਰਿਆ ਕਰ। ਸੱਚੇ ਵਾਹਿਗੁਰੂ ਦਾ ਜੋ ਸਤਨਾਮ ਤੇਰਾ ਪਰਾ ਪੂਰਵਲਾ, ਐਸੇ ਵਾਹਿਗੁਰੂ ਦੇ ਨਾਮ ਦਾ ਹੈ ਮਨਾ, ਸਦਾ ਰਸਨਾ ਦੁਆਰਾ ਉਸ ਨੂੰ ਜਪਿਆ ਕਰ, ਉਹਦਾ ਸ਼ੁਕਰਾਨਾ ਕਰਿਆ ਕਰ। ਪਲਤ ਪਲਤ ਮੁਖ ਉਜਲ ਹੋਈ ਹੈ, ਨਾਲੇ ਤਾਂ ਤੇਰੀਆਂ ਇੱਛਾ ਪੂਰੀਆਂ ਹੋਣਗੀਆਂ, ਨਾਲੇ ਐਸ ਲੋਕ ਵਿੱਚ ਵੀ, ਪਲਤ ਪ੍ਰਲੋਕ ਵਿੱਚ ਵੀ ਤੇਰਾ ਮੁਖ ਉਜਲ ਹੋਏਗਾ, ਪਵਿੱਤਰ ਹੋ ਜਾਏਗਾ, ਇੱਥੇ ਪਾਪ ਲੈ ਜਾਣਗੇ, ਵਾਹਿਗੁਰੂ ਦੀ ਦਰਗਾਹ ਦੇ ਵਿੱਚ ਤੇਰਾ ਨੂਰਾਨੀ ਮਸਤਕ ਦਮਕੇਗਾ, ਉਹਦੀ ਦਰਗਾਹ ਵਿੱਚ ਨੀਵਾਂ ਨਹੀਂ ਹੋਣਾ ਪਏਗਾ, ਇਸ ਕਰਕੇ ਤੇਰਾ ਮੁਖ ਉਜਲਾ ਹੋ ਜਾਏਗਾ, ਪਵਿੱਤਰ ਹੋ ਜਾਏਗਾ। ਆਪਾਂ ਕਹਿੰਦੇ ਫਲਾਣੇ ਮੁਖ ਮਨੁੱਖ ਦਾ ਚਿਹਰਾ ਚੰਦਰਮਾ ਵਾਂਗੂ ਹੈ, ਦੁੱਧ ਵਰਗਾ ਚਮਕਦਾ, ਸੂਰਜ ਵਾਂਗੂ ਚਮਕਦਾ, ਨਾਮ ਜਪਣ ਵਾਲਿਆਂ ਦੇ ਮਸਤ ਕਿਉਂ ਚਮਕਦੇ ਹਨ? ਨਿਤ ਧਿਆਈ ਹੈ ਹਰ ਪੁਰਖ ਨਿਰੰਜਨ, ਨਿਰੰਜਨ ਜੋ ਮਾਇਆ ਕਾਲਖ ਤੋਂ ਰਹਿਤ ਹੈ, ਸ਼ੁੱਧ ਸਰੂਪ ਹੈ, ਪਰਿਪੂਰਨ ਹੈ, ਉਸ ਵਾਹਿਗੁਰੂ ਨੂੰ ਨਿਤ ਦਾ ਭਾਵ ਹਮੇਸ਼ਾ, ਨਿਤਨੇਮ ਕਰ ਲਿਆ ਨਾ ਕੀਤਾ, ਕਦੇ ਕਰ ਲਿਆ ਕਦੇ ਛੱਡ ਲਿਆ,
ਮਹਾਰਾਜ ਕਹਿੰਦੇ ਹਮੇਸ਼ਾ ਹੀ ਧਿਆਇਆ ਕਰ, ਯਾਦ ਕਰਿਆ ਕਰ, ਨਾਂਗੇ ਨਾ ਪਾਇਆ ਕਰ, ਰਹਾਓ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ। ਜਹ ਹਰ ਸਿਮਰਨ ਭਇਆ ਤਹ ਉਪਾਦ ਗਤ ਕੀਨੀ। ਜਿੱਥੇ ਹਰੀ ਦਾ ਸਿਮਰਨ ਹੁੰਦਾ ਨਾ, ਭਜਨ ਹੁੰਦਾ, ਉੱਥੇ ਜਿੰਨੀਆਂ ਵੀ ਉਪਾਧੀਆਂ ਕਲੇਸ਼ ਹੈ ਨਾ, ਉਹ ਸਾਰੇ ਨਾਸ ਹੋ ਜਾਂਦੇ। ਜੈ ਹਰ ਸਿਮਰਨ ਭਇਆ ਤਹਿ ਉਪਾਦ ਗਤ ਕੀਨੀ। ਇਸੇ ਤਰ੍ਹਾਂ ਉਪਾਧੀ, ਇਹ ਵੀ ਬੜਾ ਵੱਡਾ ਤਾਪ ਹੈ, ਆਦ ਵਿਆਦ ਉਪਾਦ, ਆਦਿ ਸਾਧ ਸੰਗਤ ਜੀ ਮਨ ਦੇ ਤਾਪ ਹੈ, ਵਿਆਧੀਆਂ ਸਰੀਰ ਦੇ ਰੋਗ ਹੈ, ਉਪਾਧੀਆਂ ਅਚਾਨਕ ਆ ਕੇ ਕੋਈ ਲੜਾਈ ਝਗੜਾ ਗਲ ਪੈ ਜਾਣਾ, ਇਹ ਸਾਰਿਆਂ ਤੋਂ ਕਲਿਆਣ ਪ੍ਰਾਪਤ ਹੋ ਜਾਂਦੀ ਹੈ, ਮੁਕਤੀ ਪ੍ਰਾਪਤ ਹੋ ਜਾਂਦੀ ਹੈ। ਕੋਈ ਵੀ ਰੋਗ, ਕੋਈ ਕਸ਼ਟ ਨਹੀਂ ਉਹਨਾਂ ਨੂੰ ਵਿਆਪਦਾ। ਉਪਾਧੀਆਂ ਜਮ ਜਮ ਉਪਾਧੀ ਹੈ ਨਾ, ਇਸ ਕਰਕੇ ਪਰਮੇਸ਼ੁਰ ਉਹਨਾਂ ਉਪਾਧੀਆਂ ਨੂੰ ਵੀ ਵਾਹਿਗੁਰੂ ਦਾ ਭਜਨ ਜਿਹੜਾ ਦੂਰ ਕਰ ਦਿੰਦਾ, ਗਤ ਕਲਿਆਣ ਮੁਕਤੀ ਪ੍ਰਾਪਤ ਹੋ ਜਾਂਦੀ ਹੈ। ਵੱਡ ਭਾਗੀ ਹਰ ਜਪਨਾ, ਵੱਡਿਆਂ ਭਾਗਾਂ ਵਾਲੇ ਭਾਈ ਹਰੀ ਦੇ ਨਾਮ ਦਾ ਜਾਪ ਕਰਦੇ ਆ, ਜਿਹੜੇ ਜਪਦੇ ਉਹਨਾਂ ਦੇ ਵੱਡੇ ਭਾਗ ਬਣ ਜਾਂਦੇ, ਉੱਚੇ ਭਾਗਾਂ ਵਾਲੇ ਬਣ ਜਾਂਦੇ ਆ। ਜਨ ਨਾਨਕ ਕੋ ਗੁਰ ਇਹ ਮਤ ਦੀਨੀ। ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਫਰਮਾਨ ਕਰਦੇ, ਜਿਹਨਾਂ ਜਨ ਦਾਸਾਂ ਨੂੰ ਗੁਰਾਂ ਨੇ ਇਹ ਮਤ ਸੁਭ ਸਿੱਖਿਆ ਉਪਦੇਸ਼ ਦਿੱਤਾ ਹੈ ਨਾਮ ਜਪਣ ਦਾ। ਜਪ ਹਰ ਭਵ ਜਲ ਤਰਨਾ। ਸਤਿਗੁਰਾਂ ਦੇ ਦਰ ਤੋਂ ਨਾਮ ਦਾ ਉਪਦੇਸ਼ ਲੈ ਕੇ ਨਾ, ਫਿਰ ਜਿਹੜੇ ਜਪਦੇ ਹੈ ਹਰੀ, ਪਰਮੇਸ਼ਰ ਉਹਨਾਂ ਨੂੰ ਸੰਸਾਰ ਭਉ ਜਲ ਤੋਂ ਸਖੈਨ ਤਾਰ ਦਿੰਦਾ। ਅੱਜ ਅੰਮ੍ਰਿਤ ਸੰਚਾਰ ਹੋ ਰਿਹਾ, ਪੰਜ ਪਿਆਰੇ ਸਹਿਬਾਨ ਪਹੁੰਚ ਚੁੱਕੇ ਆ ਨਾ, ਜੇ ਵੱਡਿਆਂ ਭਾਗਾਂ ਵਾਲੇ ਬਣਨਾ ਤਾਂ ਮਨ ਬਣਾਓ ਭਾਈ, ਪੰਜ ਕਕਾਰ ਧਾਰਨ ਕਰਕੇ, ਕੇਸੀ ਇਸ਼ਨਾਨ ਕਰਕੇ, ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਪਹੁੰਚ ਕੇ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰੋ। ਅੰਮ੍ਰਿਤ ਦੀ ਦਾਤ ਬਖਸ਼ ਕੇ ਫਿਰ ਪੰਜ ਪਿਆਰੇ ਉਪਦੇਸ਼ ਨਾਮ ਦਾ ਦੇਣਗੇ, ਉਹ ਨਾਮ ਦਾ ਉਪਦੇਸ਼ ਲੈ ਕੇ ਫਿਰ ਉਹਨੂੰ ਜਪਣਾ, ਜੇ ਜਪੋਗੇ ਫਿਰ ਸੰਸਾਰ ਭਉ ਜਲ ਤੋਂ ਸੁਖੈਨ ਤਰ ਜਾਓਗੇ। ਇਹ ਪਰਮ ਪਵਿੱਤਰ ਉਪਦੇਸ਼ ਮੇਰੇ ਸਤਿਗੁਰਾਂ ਨੇ ਬਖਸ਼ਿਆ ਸੀ, ਜਿਨ੍ਹਾਂ ਨੇ ਭਾਈ ਅਜੇ ਤੱਕ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ, ਮਨ ਬਣਾਓ ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ। ਜਿਹੜੇ ਨਸ਼ਿਆਂ ਦਾ ਸੇਵਨ ਕਰਦੇ, ਨਸ਼ਿਆਂ ਦਾ ਤਿਆਗ ਕਰੋ। ਜਿਨ੍ਹਾਂ ਨੇ ਕੇਸ ਕਟਾਏ, ਸਾਬਤ ਸੂਰਤ ਕੇਸ ਰੱਖੋ, ਬੱਚਿਆਂ ਦੇ ਕੇਸ ਨਾ ਕੱਟੋ ਭੁੱਲ ਕੇ ਵੀ, ਬੱਚਿਆਂ ਦੇ ਕੇਸ ਕੱਟਣੇ ਸਭ ਤੋਂ ਵੱਡਾ ਪਾਪ ਹੈ। ਮਜੀਦੇ ਨਾਲੋਂ, ਮੀਰ ਮਨੂ ਨਾਲੋਂ ਫਿਰ ਅਸੀਂ ਘੱਟ ਨਹੀਂ ਜੇ ਬੱਚਿਆਂ ਦੇ ਕੇਸ ਕੱਟਦੇ ਹਾਂ। ਬੱਚਿਆਂ ਦੇ ਸਾਬਤ ਸੂਰਤ ਕੇਸ ਰੱਖੋ, ਪੂਰੇ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਕੇ ਆਪਣਾ ਜੀਵਨ ਸਫਲ ਕਰੋ। ਮਹਾਂਪੁਰਖ ਸੰਤ ਬਾਬਾ ਸੂਬਾ ਸਿੰਘ ਜੀ, ਦੇਸ਼ ਭਗਤ, ਜਿਨ੍ਹਾਂ ਦੀ ਯਾਦ ਮਨਾਈ ਜਾ ਰਹੀ ਹੈ, ਮਹਾਂਪੁਰਖ ਸੰਤ ਬਾਬਾ ਅਮਰਜੀਤ ਸਿੰਘ ਜੀ ਮੁੰਡੇ ਪਿੰਡ ਵਾਲੇ, ਜਿਹੜੇ ਧੰਨ ਧੰਨ ਬਾਬਾ ਵਿਧੀ ਚੰਦ ਸਾਹਿਬ ਜੀ ਦੀ ਅੰਸ ਮੰਸ, ਜਿਨ੍ਹਾਂ ਨੇ ਬੜਾ ਜੀਵਨ ਵਿੱਚ ਪਰਉਪਕਾਰ ਕੀਤਾ, ਉਹਨਾਂ ਮਹਾਂਪੁਰਖਾਂ ਦੀ ਯਾਦ ਨੂੰ ਵੀ ਆਪਾਂ ਤਾਜ਼ਿਆ ਕਰ ਰਹੇ ਹਾਂ। ਇਸੇ ਤਰ੍ਹਾਂ ਸਾਧ ਸੰਗਤ ਜੀ, 17 ਮਾਰਚ ਨੂੰ ਗੁਰਦੁਆਰਾ ਬਾਬੇ ਸ਼ਹੀਦਾਂ ਸਰਮਸਤਪੁਰ ਬ੍ਰਾਂਚ ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ, ਉੱਥੇ ਸਾਲਾਨਾ ਸਮਾਗਮ ਹੋ ਰਹੇ ਹੈ, ਉਹਨਾਂ ਵਿੱਚ ਵੀ ਤੁਸੀਂ ਸਾਰੀਆਂ ਸੰਗਤਾਂ ਨੇ ਹੁੰਮ ਹੁਮਾ ਕੇ ਦਰਸ਼ਨ ਦੇਣੇ ਹੈ। 6 ਜੂਨ ਨੂੰ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਵੀ ਸਾਧ ਸੰਗਤ ਜੀ ਸ਼ਹੀਦੀ ਸਮਾਗਮਾਂ ਦੇ ਵਿੱਚ ਵੀ
6 ਜੂਨ ਨੂੰ ਵੀ ਤੁਸੀਂ ਹੁਮਹਮਾ ਕੇ ਪਹੁੰਚਣਾ। ਅਕਤੂਬਰ ਦੇ ਅਖੀਰ ਵਿੱਚ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਦਾ 50 ਸਾਲਾ ਸਥਾਪਨਾ ਦਿਵਸ ਮਨਾਇਆ ਜਾਣਾ। ਉਹਨਾਂ ਦੀਆਂ ਤਰੀਕਾਂ ਵੀ ਥੋੜ੍ਹੇ ਸਮੇਂ ਤੱਕ ਸੰਗਤਾਂ ਨੂੰ ਦੱਸ ਦਿੱਤੀਆਂ ਜਾਣਗੀਆਂ, ਉਹਨਾਂ ਵਿੱਚ ਵੀ ਦਰਸ਼ਨ ਦੇਣੇ ਆ। ਇਸੇ ਤਰ੍ਹਾਂ 13-14-15 ਮਈ ਨੂੰ ਗੁਰਦੁਆਰਾ ਡੇਰਾ ਬਾਬਾ ਜਵਾਹਰ ਦਾਸ ਜੀ ਨਗਰ ਸੂਸ ਜ਼ਿਲ੍ਹਾ ਹੁਸ਼ਿਆਰਪੁਰ, ਬਹੁਤ ਵੱਡੇ ਜੋੜ ਮੇਲਾ ਨਿਸ਼ਾਨ ਸਾਹਿਬ ਚੜ੍ਹਾਉਣ ਦੇ ਹੁੰਦੇ ਹੈ, ਲੱਖਾਂ ਹੀ ਉੱਥੇ ਸੰਗਤਾਂ ਆਉਂਦੀਆਂ, ਉੱਥੇ ਵੀ ਤੁਸੀਂ ਸਾਰਿਆਂ ਨੇ ਦਰਸ਼ਨ ਦੇਣੇ ਹੈ। ਇਹ ਬੇਨਤੀਆਂ ਪ੍ਰਵਾਨ ਕਰਨੀਆਂ। ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਨਾਲ ਮੈਂ ਮਾਤਾ ਕੁਲਵੰਤ ਕੌਰ ਜੀ ਦਾ ਔਰ ਸਿੱਖ ਪੰਥ ਦੇ ਮਹਾਨ ਪ੍ਰਸਿੱਧ ਵਿਦਵਾਨ ਮਹਾਂਪੁਰਖ ਜਥੇਦਾਰ ਸੰਤ ਬਾਬਾ ਬੰਤਾ ਸਿੰਘ ਜੀ ਮੁੰਡੇ ਪਿੰਡ ਵਾਲੇ, ਸੰਸਾਰ ਭਰ ਵਿੱਚ ਜਿਨ੍ਹਾਂ ਨੂੰ ਸੰਗਤਾਂ ਨੇ ਬਹੁਤ ਵੱਡਾ ਪਿਆਰ ਸਨਮਾਨ ਬਖਸ਼ਿਸ਼ ਕੀਤਾ ਔਰ ਬੜੀ ਦ੍ਰਿੜਤਾ ਨਾਲ ਗੁਰੂ ਘਰ ਦਾ, ਗੁਰਮਤ ਦਾ, ਗੁਰਬਾਣੀ ਦਾ, ਸਿੱਖੀ ਦਾ ਬੜੀ ਨਿਰਭੈਤਾ ਨਾਲ ਦ੍ਰਿੜਤਾ ਪੂਰਵਕ ਬੁਲੰਦ ਆਵਾਜ਼ ਵਿੱਚ ਸਿੱਖੀ ਦੇ ਪ੍ਰਚਾਰ ਦਾ ਬਹੁਤ ਵੱਡਾ ਯਤਨ ਕਰ ਰਹੇ ਹੈ। ਰਾਤ ਦਿਨ ਹੀ ਬਾਬਾ ਜੀ ਦੇ ਪ੍ਰੋਗਰਾਮ ਰਹਿੰਦੇ ਆ, ਕਿਤੇ ਦਿਨੇ ਕਿਤੇ ਰਾਤ ਨੂੰ ਸਿੱਖੀ ਦੇ ਡੰਕੇ ਵਜਾ ਰਹੇ ਹੈ। ਇਹ ਮਹਾਰਾਜ ਦੀ ਕਿਰਪਾ ਹੈ, ਇਹ ਬਾਬਾ ਅਮਰਜੀਤ ਸਿੰਘ ਜੀ ਦਾ ਮਨੋਰਥ ਸਤਿਗੁਰੂ ਪੂਰਾ ਕਰ ਰਹੇ ਹੈ। ਸੋ ਬਹੁਤ ਵੱਡੀ ਸੇਵਾ ਹੈ। ਇਸੇ ਤਰ੍ਹਾਂ ਸਤਿਕਾਰਯੋਗ ਗਿਆਨੀ ਜੀਵਾ ਸਿੰਘ ਜੀ, ਜੋ ਜਥੇਬੰਦੀ ਦਮਦਮੀ ਟਕਸਾਲ ਵਿੱਚ ਰਹਿ ਕੇ ਬਹੁਤ ਸਿੰਘਾਂ ਨੂੰ ਗੁਰਮਤਿ ਦੀ ਵਿੱਦਿਆ ਦਾ ਗੋਹੋ ਗੋਹਜ ਗਿਆਨ ਵੀ ਕਰਾ ਰਹੇ ਹੈ ਔਰ ਆਪ ਵੀ ਕਥਾ ਪ੍ਰਚਾਰ ਰਾਹੀਂ ਵੱਡੀ ਸੇਵਾ ਜਥੇਬੰਦੀ ਦੇ ਸਥਾਨਾਂ ਦੀ ਬਹੁਤ ਵੱਡੀ ਲੱਕ ਬੰਨ ਕੇ ਦਿਨ ਰਾਤ ਸੇਵਾ ਕਰ ਰਹੇ ਹੈ। ਸੋ ਮੈਂ ਸੰਗਤ ਨੂੰ ਬੇਨਤੀ ਕਰਾਂਗਾ ਕਿ ਇਹ ਅਸੀਸ ਦੇਣੀ ਕਿ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਇਹ ਸਿੰਘ ਆਪ ਜੀ ਦੇ ਪੰਥ ਦੀ, ਗੁਰੂ ਘਰ ਦੀ, ਜਥੇਬੰਦੀ ਦੀ ਸੇਵਾ ਕਰਦੇ ਰਹਿਣ। ਸੋ ਇਤਨੀ ਹਾਜ਼ਰੀ ਪ੍ਰਵਾਨ ਕਰਨੀ। ਸੰਗਤ ਜੀ ਬਹੁਤ ਸ਼ਹੀਦ ਪਰਿਵਾਰ ਆਏ, ਮੈਂ ਉਹਨਾਂ ਦਾ ਵੀ ਧੰਨਵਾਦ, ਸਾਰੀ ਸੰਗਤ ਦਾ ਧੰਨਵਾਦ ਕਰਦਾ। ਬਹੁਤ ਹੀ ਸਨਮਾਨਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਮੁੱਖ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਉਹ ਵੀ ਅਚੇਚੇ ਤੌਰ 'ਤੇ ਪਹੁੰਚੇ ਹੈ। ਸਿੰਘ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਇਸੇ ਤਰ੍ਹਾਂ ਸ਼ਾਸਤਰੀ ਮਹਾਨ ਵਿਦਵਾਨ ਨਿਰਮਲ ਸੰਪਰਦਾਇ ਦੇ ਸੰਤ ਬਾਬਾ ਦਰਸ਼ਨ ਸਿੰਘ ਜੀ ਪਹੁੰਚੇ ਹੈ। ਇਸੇ ਤਰ੍ਹਾਂ ਸਾਧ ਸੰਗਤ ਜੀ, ਸਨਾਤਨ ਧਰਮ ਦੇ ਬੜੇ ਪ੍ਰਸਿੱਧ ਵਿਦਵਾਨ, ਬਹੁਤ ਹੀ ਸਨਮਾਨਯੋਗ ਸਵਾਮੀ ਅੰਕਿਤ ਜੀ, ਉਚੇਚੇ ਤੌਰ 'ਤੇ ਅੰਕਿਤ ਦੇਵ ਜੀ ਪਹੁੰਚੇ ਹੈ, ਜੋ ਵੱਡੇ ਮਹਾਂਪੁਰਖ ਜਿਹੜੇ ਇਹਨਾਂ ਸਿੰਘਾਂ ਨੂੰ ਬੜੀ ਗੋਹਜ ਵਿੱਦਿਆ, ਨਿਆਏ ਦੀ, ਵੇਦਾਂਤ ਦੀ, ਵਿਆਕਰਨ ਦੀ ਪੜ੍ਹਾ ਰਹੇ ਹੈ, ਉਹਨਾਂ ਦੇ ਨਾਲ ਇਹ ਅੰਕਿਤ ਜੀ ਸੇਵਾ ਕਰਦੇ ਹੈ। ਉਹ ਵੀ ਬੜੇ ਉੱਚ ਕੋਟੀ ਦੇ ਵਿਦਵਾਨ ਹੈ, ਉਹ ਵੀ ਪਹੁੰਚੇ ਹੈ। ਪੰਥ ਦਾ ਪ੍ਰਸਿੱਧ ਕਵੀ ਸ਼੍ਰੀ ਜਥਾ ਭਾਈ ਮਹਿਲ ਸਿੰਘ ਜੀ ਵੀ ਪਹੁੰਚੇ ਹੈ, ਹੋਰ ਵੀ ਸਾਰੀਆਂ ਹਸਤੀਆਂ ਪਹੁੰਚੀਆਂ, ਮਹਾਂਪੁਰਖ ਪਹੁੰਚੇ, ਸਭ ਦਾ ਹੀ ਧੰਨਵਾਦ। ਲਾਈਵ ਟੈਲੀਕਾਸਟ ਵਾਲੇ ਵੀਰਾਂ ਦਾ, ਪੱਤਰਕਾਰਾਂ ਦਾ ਧੰਨਵਾਦ। ਭੁੱਲਾਂ ਚੁੱਕਾਂ ਖਿਮਾ ਕਰਨੀਆਂ, ਇਤਨੀ ਹਾਜ਼ਰੀ ਪ੍ਰਵਾਨ ਕਰਨੀ। ਜਹਿ ਹਰ ਸਿਮਰਨ ਭਇਆ ਤਹਿ ਉਪਾਦ ਗਤ ਕੀਨੀ, ਵਡ ਭਾਗੀ ਹਰ ਜਪਨਾ, ਜਨ ਨਾਨਕ ਕਉ ਗੁਰ ਇਹ ਮਤ ਦੀਨੀ, ਜਪ ਹਰ ਭਵ ਜਲ ਤਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।